ਥੱਲੇ ਜੜਾਂ ਤੋਂ ਲੈ ਕੇ ਸਿਰੇ ਤੱਕ ਦਵਾਈ ਦਵਾਈ ਹੈ। ਅੱਛਾ, ਮੈਡੀਕਲ ਯੂਜ ਲਈ ਇਹ ਵਰਤਿਆ ਜਾਂਦਾ ਜੜ ਤੋਂ ਸਿਰ ਤੱਕ। ਆਹੋ, ਜੋ ਖੋਜ ਅਨੁਸਾਰ ਇਹਦਾ ਪਤਾ ਲੱਗਦਾ ਹੈ 350 ਬਿਮਾਰੀਆਂ ਨਾਲ ਲੜਨ ਵਾਸਤੇ ਸਾਡੇ ਵਿੱਚ ਤਾਕਤ। ਬੱਲੇ 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 ਬੱਲੇ, ਕੀ ਬਾਤ ਹੈ। ਹੁਣ ਮੈਂ ਕੋਈ 5 ਸਾਲਾਂ ਤੋਂ ਇਸਦੇ ਬੀਜ ਵੰਡ ਰਿਹਾ ਹਰ ਕਿਸਾਨ ਨੂੰ, ਹਰ ਬੰਦੇ ਨੂੰ, ਹਰ ਘਰ ਨੂੰ। ਮੈਂ ਹਰਾ ਘਾਹ ਜੀ, ਮੂਲੀ ਦਾ, ਗਾਜਰ ਦਾ, ਪੱਤਰਾ, ਸਰੋਂ ਦਾ, ਬਰਸੀਨ ਦੇ ਕੋਈ ਵੀ ਸਾਰੇ ਅਸੀਂ ਸਾਰਨੇ ਨਹੀਂ। 2 ਕਿਲੋ ਗੁੜ, 2 ਕਿਲੋ ਵੇਸਣ ਪਾ ਲੈਣਾ, ਉਹਨੂੰ 24 ਘੰਟੇ ਵਾਸਤੇ ਵੱਖਰਾ ਧਰ ਦੇਣਾ। ਜੇ ਤੇ ਅਸੀਂ ਕੁਤਰ ਕੇ ਪਾ ਦੇਣਾ ਤੇ ਫਿਰ ਤੇ ਸਮਝੋ 90 ਤੋਂ 100 ਦਿਨ ਚ ਸਾਡੀ ਇਹ ਤਿਆਰ ਹੈ ਜੀ। ਜੇ ਅਸੀਂ ਸਾਬਤ ਹੀ ਪਾ ਦੇਣੇ ਨੇ ਕੱਖ ਜਿੱਦਾਂ ਲਏ ਓਦਾਂ ਹੀ, ਫਿਰ 150 ਦਿਨ ਚ ਤਿਆਰ ਹੈ। 1 ਏਕੜ ਦੇ ਵਿੱਚ 5 ਕੁਇੰਟਲ ਬਹੁਤ ਛੱਟਾ ਕਰਨੀ ਹੈ ਜੀ। ਇਹਦੇ ਚ ਬਣਾਈ ਦਾ ਜੀਵ ਅੰਮ੍ਰਿਤ। ਇਹ ਤਰਲ ਕੀਟਨਾਸ਼ਕ ਇਹ ਕਾਹਦੇ ਵਾਸਤੇ ਕੰਮ ਆਉਂਦਾ? ਇਹ ਦਵਾਈ ਜਿਹੜਾ ਆਪਾਂ ਅੱਜ ਕੱਲ੍ਹ ਜ਼ਹਿਰਾਂ ਵਰਤਨੇ ਆ ਬਾਜ਼ਾਰੋਂ ਲਿਆ ਕੇ ਸਪਰੇਅ ਕਰਨ ਵਾਸਤੇ, ਸਪਰੇਅ ਕਰਨ ਵਾਸਤੇ ਇਹ ਸਪਰੇਅ ਹੋਗੀ। 5 ਲੀਟਰ, 10 ਲੀਟਰ ਜਿੰਨਾ ਵੀ ਪਾਣਾ ਹੈ ਉਹ ਆਪਣੇ ਪਾ ਕੇ ਅਸੀਂ ਖੇਤ ਵਿੱਚ ਪਾਣੀ ਰਲਾ ਕੇ ਛੱਟਾ ਕਰ ਦੇਣਾ ਤੇ ਇਹ 15-18% ਯੂਰੀਆ ਦਾ ਕੰਮ ਕਰੇਗਾ। ਪਾਕਿਸਤਾਨੀ ਵੀ ਜਿਹੜਾ ਤੁਸੀਂ ਕਹਿ ਰਹੇ ਹੋ, ਤੁਸੀਂ ਪਾਕਿਸਤਾਨੋਂ ਮੰਗਾਇਆ ਹੋਇਆ ਜਾਂ ਇੱਥੇ? ਜਦੋਂ ਲੈ ਕੇ ਆਏ ਪਾਕਿਸਤਾਨ ਤੋਂ ਜਦੋਂ? ਅੱਛਾ, ਉਦੋਂ ਦਾ ਤੁਸੀਂ ਉਹ ਬਿੱਲ ਸਾਂਭਿਆ ਹੋਇਆ ਥੋੜਾ ਬੀਜ ਹੈ? ਮੂੰਗੀ 204, ਪਾਲਕ 204, ਮੇਥਰਾ 204, ਛੋਲੇ 204, ਕਣਕ 204, ਗਾਜਰ 204, ਸਾਰੇ ਬੀਜ। ਇਹ ਕਣਕ ਨੂੰ ਦੇਖ ਲਓ ਤੁਸੀਂ, ਜਿਹੜੀ ਬਾਪੂ ਦੇ ਹੱਥ ਦੇ ਵਿੱਚ ਉਹ ਪਾਕਿਸਤਾਨੀ ਕਣਕ ਹੈ, ਉਹਨੂੰ ਦੇਖ ਲਓ ਵੀ ਕਿੱਡੀ ਸੋਹਣੀ ਕਣਕ ਹੈ ਉਹ, ਤੇ ਇਹ ਸਾਡੀ ਯੂਨੀਵਰਸਿਟੀ ਵਾਲੀ ਕਣਕ ਹੈ। ਇਹ ਹੁਣ ਦਾ ਨਿਕਾਲ ਹੈ ਇਸ ਵਾਰ ਦਾ, ਸੋਹਣੀ ਹੈ ਤੇ ਬੜੀ ਤਿੱਖੀ ਸੁਗੰਧ ਹੈ, ਜਿਵੇਂ ਮੇਥੇ ਦੀ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਵਾਲੇ ਬੀਜ 'ਚੋਂ ਉਹ ਸੁਗੰਧ ਨਹੀਂ ਆਉਂਦੀ। ਇਹ ਮੂੰਗੀ ਦੇਖੋ, ਆਹ ਵੀ ਕਿੱਡਾ ਸੋਹਣਾ ਬੀਜ ਹੈ, ਦੇਖੋ ਕਿੱਡਾ ਮੋਟਾ ਮੋਟਾ ਦਾਣਾ ਹੈ ਮੂੰਗੀ ਦਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਨਾਨਕ ਦੇਵ ਜੀ ਦਾ ਇਹ ਵਾਕ ਕਿ ਮਨੁੱਖ ਨੂੰ ਕੁਦਰਤ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ, ਕੁਦਰਤ ਦੇ ਨਾਲ ਮਿੱਤਰਤਾ ਬਣਾ ਕੇ ਰੱਖਣੀ ਚਾਹੀਦੀ ਹੈ ਨਾ, ਪਵਨ ਨੂੰ ਜਿਹੜਾ ਹੈ ਉਹ ਗੁਰੂ ਦੀ ਤਰ੍ਹਾਂ ਮੰਨਣਾ ਚਾਹੀਦਾ, ਪਾਣੀ ਨੂੰ ਪਿਓ ਦੀ ਤਰ੍ਹਾਂ, ਅਤੇ ਧਰਤੀ ਨੂੰ ਜਿਹੜਾ ਮਾਤਾ ਦੀ ਤਰ੍ਹਾਂ ਸਤਿਕਾਰ ਦੇਣਾ ਚਾਹੀਦਾ। ਸੋ ਆਪਾਂ ਇਸੇ ਟੋਪਿਕ 'ਤੇ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੋਸਤੋ ਤੁਹਾਡਾ ਸਵਾਗਤ ਹੈ ਦ ਪੰਜਾਬ ਵਰਲਡ ਦੇ ਵਿੱਚ। ਮੈਂ ਸਾਹਿਬ ਸਿੰਘ, ਇੱਕ ਨਵਾਂ ਬਲੌਗ, ਨਵੀਂ ਥਾਂ 'ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ। ਅੱਜ ਆਪਾਂ ਪਿੰਡ ਪਿੱਪਲ ਮਘੌਲੀ ਦੇ ਵਿੱਚ ਖੜ੍ਹੇ ਹਾਂ, ਜਿਹੜਾ ਕਿ ਪਟਿਆਲਾ ਜ਼ਿਲ੍ਹੇ 'ਚ ਪੈਂਦਾ। ਅਤੇ ਦੋਸਤੋ ਆਪਣੇ ਨਾਲ ਨੇ ਬਾਪੂ ਮਹਿੰਦਰ ਸਿੰਘ ਜੀ, ਜਿਹੜੇ ਕਿ ਔਰਗੈਨਿਕ ਖੇਤੀ ਕਰਦੇ ਨੇ ਅਤੇ ਕੁਦਰਤੀ ਖੇਤੀ ਕਰਦੇ ਨੇ, ਕੋਈ ਕੈਮੀਕਲ ਯੂਜ਼ ਨਹੀਂ ਕਰਦੇ, ਆਪਣੇ ਆਪ ਹੀ ਖਾਦ ਤਿਆਰ ਕਰਦੇ ਨੇ। ਉਹ ਕਿਵੇਂ ਖਾਦਾਂ ਤਿਆਰ ਕਰਦੇ ਨੇ, ਕਿਵੇਂ ਕਿਵੇਂ ਕਿਹੜੀ ਕਿਹੜੀ ਫਸਲ ਕਰਦੇ ਨੇ, ਉਹ ਆਪਾਂ ਸਾਰੀ ਜਾਣਕਾਰੀਆਂ ਬਾਪੂ ਜੀ ਤੋਂ ਲਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਪੂ ਜੀ ਦਾ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਭਲਾ ਹੋਵੇ ਜੀ। ਬਾਪੂ ਜੀ ਪਹਿਲਾਂ ਸਾਨੂੰ ਦੱਸੋ ਵੀ ਤੁਸੀਂ ਕਿੰਨੇ ਏਰੀਏ ਦੇ ਵਿੱਚ ਇੱਥੇ ਜਿਹੜੀ ਹੈ ਉਹ ਔਰਗੈਨਿਕ ਖੇਤੀ ਕਰਦੇ ਹੋ ਜੀ? ਇਹ 22 ਵਿਘੇ ਥਾਂ ਹੈ ਜੀ। 22 ਵਿਘਿਆਂ ਦੇ ਵਿੱਚ ਤੁਸੀਂ ਇੱਥੇ ਔਰਗੈਨਿਕ ਖੇਤੀ, ਇਹ ਤੁਸੀਂ ਹੀ ਕਰ ਰਹੇ ਹੋ ਇਕੱਲੇ ਜਾਂ ਹੋਰ ਵੀ ਤੁਹਾਡੇ ਨਾਲ? ਨਹੀਂ, ਹੋਰ ਕੋਈ ਨਹੀਂ, ਮੇਰੇ ਲੜਕੇ ਦੇ ਨਾਲ ਜੀ। ਓਕੇ, ਅਤੇ ਬਾਪੂ ਜੀ ਉਹਦੇ ਵਾਸਤੇ ਤੁਸੀਂ ਜਿਵੇਂ ਅੱਜ ਕੱਲ੍ਹ ਤਾਂ ਐਂ ਹੁੰਦਾ ਵੀ ਹਰ ਬੰਦਾ ਪੌਦ ਵੀ ਆਪਾਂ ਬੀਜਦੇ ਹਾਂ, ਭਾਵੇਂ ਹੈ ਨਾ ਪਨੀਰੀ ਬੀਜਦੇ ਹਾਂ, ਕੁਛ ਵੀ ਕਰਦੇ ਹਾਂ, ਜਿਨ੍ਹਾਂ ਨੂੰ ਮਾਰਨ ਵਾਸਤੇ ਕੀੜੇ ਮਾਰ ਦਵਾਈਆਂ, ਰਸਾਇਣਿਕ ਦਵਾਈਆਂ ਜਿਹੜੀਆਂ ਕੈਮੀਕਲ ਹੈ ਨਾ ਉਹ ਵਰਤਦੇ ਹਾਂ, ਅਤੇ ਤੁਸੀਂ ਕਿਵੇਂ ਇਹਨਾਂ ਸਾਰੀ ਦਵਾਈਆਂ ਤੋਂ ਰਹਿਤ ਖੇਤੀ ਕਰ ਲੈਂਦੇ ਹੋ? ਤੁਹਾਨੂੰ ਮੈਂ ਪਹਿਲਾਂ ਇਸ ਤੋਂ ਰੂੜੀ ਤਿਆਰ ਕਰਨ 'ਤੇ ਦੱਸ ਦਿਆਂ, ਫਿਰ ਮੈਂ ਇਸ ਤੋਂ ਦਵਾਈ ਬਾਰੇ ਤੁਹਾਨੂੰ ਦੱਸ ਦਿੰਦਾ ਵਾਂ। ਜੀ 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 ਬਾਪੂ ਜੀ। ਅਸੀਂ ਆਪਣੇ ਖੇਤ ਦਾ ਕਦੀ ਵੀ ਘਾਹ ਜਿਹੜਾ ਨਾ ਜੀ, ਕੋਈ ਪਰਾਲੀ, ਤੂੜੀ, ਹਰਾ ਘਾਹ ਜੀ, ਮੂਲੀ ਦਾ, ਗਾਜਰ ਦਾ, ਪੱਤਰਾ, ਸਰੋਂ ਦਾ, ਬਰਸੀਨ ਦੇ ਕੋਈ ਵੀ ਸਾਰੇ ਅਸੀਂ ਸਾਰਨੇ ਨਹੀਂ। ਕਿੱਥੇ ਆਪਾਂ ਖੜ੍ਹੇ ਹਾਂ ਇੱਥੇ ਮੈਂ ਢੇਰ ਲਾ ਦਿੰਦਾ ਲਿਆ ਕੇ, ਜਿੰਨਾ ਵੀ ਸਮਾਨ ਹੋਵੇ, ਜਿੰਨਾ ਵੀ ਰਹਿਤ ਖੂੰਹਦ ਆਪਣੀ ਖੇਤੀ ਦੀ ਹੁੰਦੀ ਹੈ, ਇੱਥੇ ਇਕੱਠੀ ਕਰ ਲੈਣੀ ਹੈ, ਇਕੱਠੀ ਕਰ ਲੈਣੀ ਹੈ। ਜਿੱਦਾਂ ਇਹ ਸਾਡਾ ਟੂਆ ਬਣਿਆ ਪਿਆ, ਹੁਣ ਇਹ ਪਿਛਲੇ ਸਾਲ ਸਾਡਾ 4 ਮਹੀਨੇ ਹੋ ਗਏ ਨੇ ਟੂਆ ਬਣਿਆ, ਟੁੱਟ ਚੁੱਕਿਆ ਜੀ। ਨੇਰ ਜਿੱਦਣ ਵੱਡਾ ਆਇਆ ਨਾ ਉਸ ਦਿਨ ਟੁੱਟ ਗਿਆ ਜੀ, ਫਿਰ ਮੈਂ ਨਵਾਂ ਬਣਾਉਣ ਨੂੰ ਵੇਖਣਾ ਪਿਆ। ਇਹ ਰੂੜੀ ਤੁਸੀਂ ਸਾਹਮਣੇ ਵੇਖ ਰਹੇ ਹੋ ਜਿਹੜੀ ਸਾਡੀ ਤਿਆਰ ਹੈ, ਇਸ ਨੂੰ ਆਪਾਂ ਤਿਆਰ ਕਰਨਾ ਹੈ ਬਈ, ਇੱਕ ਤਾਂ ਆਪਾਂ ਸਾਰਾ ਨਦੀਨ ਇਕੱਠਾ ਕਰ ਲੈਣਾ ਜੀ, ਇੱਕ ਢੋਲ ਜਲ ਦਾ ਭਰ ਲੈਣਾ ਪਾਣੀ ਦਾ, ਜਿਹਦੇ ਵਿੱਚ 180 ਲੀਟਰ ਪਾਣੀ ਪਾ ਲੈਣਾ ਜੀ, 2 ਕਿਲੋ ਗੁੜ, 2 ਕਿਲੋ ਵੇਸਣ ਪਾ ਲੈਣਾ, ਉਹਨੂੰ 24 ਘੰਟੇ ਵਾਸਤੇ ਵੱਖਰਾ ਧਰ ਦੇਣਾ ਇੱਕ ਢੋਲ ਦੇ ਵਿੱਚ, 180 ਲੀਟਰ ਪਾਣੀ ਦੇ ਵਿੱਚ ਸਾਡਾ ਟੋਆ ਜਿਹੜਾ ਹੈਗਾ ਆਮ, ਜਿਹੜਾ ਲੋਕਾਂ ਨੂੰ ਮੈਂ ਦੱਸ ਰਿਹਾ ਉਹ ਬਣੇਗਾ ਤੁਹਾਡਾ ਟੋਆ 500 ਇੱਟ ਨਾਲ 3-6-10 ਦਾ। ਅੱਛਾ ਜੀ, ਉੱਚਾ ਜੀ, ਅਤੇ ਉਹਦੇ ਵਿੱਚ ਸਾਡੀ ਕੋਈ 10-12 ਕੁਇੰਟਲ ਰੂੜੀ ਸਾਡੀ ਤਿਆਰ ਹੋ ਜਾਏਗੀ ਔਰਗੈਨਿਕ। ਅੱਛਾ ਜੀ, ਹੁਣ ਅਸੀਂ ਕਰਨੀ ਕਿੱਦਾਂ ਹੈ ਬਾਈ, ਜਿਹੜੀ ਆਪਾਂ ਜਿੱਦਾਂ ਨਦੀਨ ਦਾ ਢੇਰ ਇੱਕ ਲੱਗ ਚੁੱਕਿਆ ਜੀ ਜੀ ਜੀ, ਉਹਦੇ ਕੋਲ ਅਸੀਂ 1/2 ਟਰਾਲੀ
ਗੋਬਰ ਦੀ ਧਰ ਲੈਣੀ ਜੀ, ਤੇ ਕੋਈ 5-4 ਕੁਇੰਟਲ ਕੱਚੀ ਮਿੱਟੀ ਲਿਆ ਕੇ ਧਰ ਲੈਣੀ ਜੀ, ਢੋਲ ਡਰੰਮ ਦਾ ਪਾਣੀ ਦਾ ਜਿਹੜਾ ਭਰਿਆ ਪਿਆ ਗੁੜ ਤੇ ਵੇਸਣ ਵਾਲਾ, 24 ਘੰਟੇ ਚ ਅਸੀਂ ਸਾਰਾ ਸਮਾਨ ਇੱਧਰ ਤਿਆਰ ਕਰ ਦਿੱਤਾ। ਹੁਣ ਜਿਹੜਾ ਸਾਡਾ ਟੋਆ ਬਣਿਆ ਪਿਆ ਉਸਨੂੰ ਚਬੱਚਾ ਕਹਿ ਲਈਏ ਤੇ ਜਾਂ ਟੋਆ ਕਹਿ ਲਈਏ, ਉਸਨੂੰ ਅਸੀਂ ਜਿਹੜੇ 3-6-10 ਦਾ ਟੋਆ ਤਿਆਰ ਆ, ਉਹਦੇ ਵਿੱਚ ਅਸੀਂ 4 ਇੰਚੀ ਨਦੀਨ ਚੁੱਕ ਕੇ ਉਧਰੋਂ ਉਸ ਟੋਏ ਵਿੱਚ ਪਾ ਦੇਣਾ, 4 ਇੰਚੀ ਇੱਕ ਤਹਿ ਪਾ ਦੇਣੀ, ਤਹਿ ਪਾ ਦੇਣੀ ਜੀ ਜੀ, ਤੇ ਉੱਤੇ ਪੈਰਾਂ ਨਾਲ ਤੇ ਕੱਚਾ ਪਾਣੀ ਪਾ ਕੇ ਉਸਨੂੰ ਲਤਾੜ ਦੇਣਾ, ਉਹ 4 ਇੰਚੀ ਤਹਿ ਦੇ ਉੱਤੇ ਪਾਣੀ ਪਾ ਕੇ ਲਤਾੜ ਦੇਣਾ ਜੀ ਜੀ। ਹੁਣ ਉਹਦੇ ਉੱਤੇ ਅਸੀਂ 2 ਇੰਚੀ ਕੱਚਾ ਗੋਹਾ ਪਾ ਦੇਣਾ, ਜਿਹੜਾ ਆਪਾਂ ਅੱਧਾ ਟਰਾਲੀ ਰੱਖੀ, ਹਾਂ ਜੀ ਟਰਾਲੀ ਰੱਖੀ ਜੀ ਜੀ, 4-6 ਇੰਚ ਹੋ ਗਿਆ। ਹਾਂਜੀ, ਹੁਣ ਅਸੀਂ ਉਹ ਰੂੜੀ ਦੇ ਉੱਤੇ ਜਿਹੜਾ ਢੋਲ ਤਿਆਰ ਕੀਤਾ ਸੀ 200 ਲੀਟਰ ਦਾ ਗੁੜ ਜਲ ਦਾ, ਉਹਦੇ ਚੋਂ 25 ਲੀਟਰ ਕੱਢ ਕੇ ਉਸ ਰੂੜੀ ਦੇ ਉੱਤੇ ਛਿੜਕਾਅ ਕਰ ਦੇਣਾ। ਅੱਛਾ ਜੀ, ਹੋ ਗਿਆ ਇਹ। ਹੁਣ ਇਹ ਥੱਲੇ ਕਨਦੀਨ ਆ ਗਿਆ, ਉੱਤੇ ਰੂੜੀ ਆ ਗਈ, ਉਸਦੇ ਉੱਤੇ ਗੁੜ ਵਾਲਾ ਪਾਣੀ ਆ ਗਿਆ, ਗੁੜ ਵੇਸਣ ਵਾਲਾ। ਹੁਣ ਉਹਦੇ ਤੇ ਅਸੀਂ ਜਿਹੜੀ ਕੱਚੀ ਮਿੱਟੀ 5-6 ਕੁਇੰਟਲ ਲਿਆਂਦੀ ਹੈ, ਉਹ 'ਚੋਂ ਅਸੀਂ 1 ਕੁਇੰਟਲ ਮਿੱਟੀ ਜਿਹੜੀ ਉਹਦੇ ਉੱਤੇ ਤੈਅ ਕਰ ਦੇਣੀ, 1 ਇੰਚ 1-1 ਇੰਚ ਦੀ। ਇਹ ਮਤਲਬ 7 ਇੰਚਾਂ ਸਾਡੀਆਂ ਤਿਆਰ ਹੋ ਗਈਆਂ ਜੀ। ਇਸੇ ਨਾਲ ਹੀ ਅਸੀਂ ਦੁਬਾਰਾ ਫਿਰ ਚੱਲਣਾ 4 ਇੰਚੀ। ਅੱਛਾ, ਇਹਦੇ ਉੱਤੇ ਹੀ ਫੇਰ, ਇਹਦੇ ਉੱਤੇ ਫੇਰ ਅਸੀਂ 4 ਇੰਚੀ ਨਦੀਨ, 4 ਨਦੀਨ, 2 ਰੂੜੀ, 25 ਲੀਟਰ ਗੁੜ ਵਾਲਾ ਪਾਣੀ, 1 ਇੰਚ ਮਿੱਟੀ। ਇਹ 7 ਇੰਚ ਦੀ ਇੱਕ ਤਹਿ ਬਣ ਜਾਂਦੀ, 7 ਇੰਚ ਦੀ ਤਹਿ ਬਣ ਗਿਆ ਜੀ। 3-6-10 ਦਾ ਟੋਆ ਏ, 3-6 ਜਿਹੜਾ 36 ਇੰਚ ਬਣ ਗਿਆ, ਤੇ ਸਾਡੇ ਆ ਜਾਣਗੇ 5 ਤਹਿ ਆ ਗਏ ਜੀ, 5 ਤਹਿ ਆ ਗਏ, ਬਰਾਬਰ ਹੋ ਗਿਆ, 5 ਤਹਿ ਆ ਜਾਣੀ। ਹੁਣ ਅਸੀਂ ਇਸ ਨੂੰ ਜੇ ਉੱਚਾ ਕਰਨਾ ਥੋੜਾ ਬਹੁਤਾ, ਤੇ ਫਿਰ ਅਸੀਂ ਇਸ ਨੂੰ ਏਦਾਂ ਕਰਨਾ ਵੀ ਜਿੱਦਾਂ ਇੱਕ ਤੰਬੂ ਹੁੰਦਾ ਜੀ ਕਨਾਤ ਦੀ ਤਰ੍ਹਾਂ, ਅਸੀਂ ਇਹਨੂੰ ਹੋਰ ਉੱਚਾ ਕਰਕੇ 45 ਇੰਚ ਚ ਲੈ ਚੱਕਣੇ, 36 ਨੂੰ ਵਧਾ ਕੇ, ਉਸੇ ਤਰ੍ਹਾਂ ਹੀ ਚੱਲਦੇ ਜਾਣੇ। ਜਿੱਦਾਂ ਇਹਦੇ ਚ ਬਾਪੂ ਜੀ ਕਿੰਨੀ ਕੁ ਖਾਦ ਆ ਜਾਂਦੀ ਹੈ ਆਪਣੀ ਜਿਹੜੀ ਤੁਸੀਂ? ਮੈਂ ਦੱਸਣਾ ਤੁਹਾਨੂੰ ਜੀ, ਇਹ ਜਿਹੜੀ ਸਾਡੀ ਤਿਆਰ ਕਰਨੀ ਹੈ, ਇਹ ਕੋਈ 15-18 ਕੁਇੰਟਲ ਸਾਡੀ ਤਿਆਰ ਹੋ ਜਾਏਗੀ ਪੂਰੀ ਤਿਆਰ ਕਰਕੇ ਜੀ। ਫਿਰ ਤੇ ਅਸੀਂ ਕੁਤਰ ਕੇ ਪਾ ਦੇਣਾ, ਤੇ ਫਿਰ ਤੇ ਸਮਝੋ 90-100 ਦਿਨ ਚ ਸਾਡੀ ਇਹ ਤਿਆਰ ਹੈ ਜੀ। ਜੇ ਅਸੀਂ ਸਾਬਤ ਹੀ ਪਾ ਦੇਣੇ ਨੇ ਕੱਖ ਜਿੱਦਾਂ ਲਏ ਉਦਾਂ ਹੀ, ਫਿਰ 150 ਦਿਨ ਚ ਤਿਆਰ ਹੈ। ਠੀਕ ਹੈ, ਹੁਣ ਅਸੀਂ ਤਿਆਰ ਕਰਕੇ ਅਸੀਂ ਇਹ ਨਹੀਂ ਵੀ ਛੱਡ ਜਾਣਾ, ਇਸ ਨੂੰ 20-25 ਦਿਨਾਂ ਬਾਅਦ ਅਸੀਂ ਕੁਝ ਸੁਰਾਖ ਰੱਖੇ ਹੋਣੇ ਨੇ ਇਸੇ ਚਬੱਚੇ ਦੇ ਵਿੱਚ ਜੀ, ਅਸੀਂ ਵਿੱਚੋਂ ਸੋਟੀ ਲੰਘਾ ਕੇ ਅਗਾਂ ਵਿੱਚ ਵੇਖਣਾ ਕਿੰਨੀ ਕੁ ਗਿੱਲ ਹੈ, ਜੇ ਤਾਂ ਨਵੀਂ ਹੈ ਤੇ ਉੱਤੋਂ ਪਾਣੀ ਨਹੀਂ ਪਾਉਣਾ, ਤੇ ਜੇ ਨਵੀਂ ਖੁਸ਼ਕ ਹੋ ਗਈ ਹੈ ਫਿਰ ਅਸੀਂ ਉੱਤੇ ਜਿਹੜੀ ਉਤਲਾ ਤਹਿ ਮਿੱਟੀ ਦਾ ਸਾਡਾ ਆ ਰਿਹਾ, ਉਸ ਮਿੱਟੀ ਦੇ ਤਹਿ ਵਿੱਚ ਅਸੀਂ ਸੁਰਾਖ ਕਰ ਦੇਣੇ ਨੇ, ਤੇ 1-2 ਬਾਲਟੀਆਂ ਪਾਣੀ ਦੀਆਂ ਪਾ ਦੇਣੀਆਂ ਨੇ ਉਹਨੂੰ ਗਿੱਲਾ ਰੱਖਣ ਵਾਸਤੇ ਕਿ ਉਹ ਹੌਲੀ ਹੌਲੀ ਕਮਜ਼ੋਰ ਹੋ ਕੇ ਮਰਦਾ ਜਾਵੇ ਤੇ ਸਾਡੀ ਰੂੜੀ ਤਿਆਰ ਹੁੰਦੀ ਰਹੇ। ਜੇ ਇਸ ਨੂੰ ਹੋਰ ਵੀ ਅਸੀਂ ਤੇਜ਼ ਤਿਆਰ ਕਰਨਾ, ਤੇਜ਼ ਜਿੱਦਾਂ ਵੱਧ ਕਰਨ ਵਾਸਤੇ, ਤੇ ਅਸੀਂ ਪਾਣੀ ਦੀ ਜਗ੍ਹਾ ਤੇ ਕਿਤੇ 2 ਬਾਲਟੀਆਂ ਪਿਸ਼ਾਬ ਦੀਆਂ ਉੱਤੇ ਪਾ ਦਿਆ ਕਰੀਏ, ਡੰਗਰਾਂ ਦੀਆਂ, ਉਹ ਹੋਰ ਵੀ ਤੇਜ਼ ਹੋ ਜਾਏਗਾ ਤੇ ਸਾਨੂੰ ਤਿਆਰ ਵੀ ਛੇਤੀ ਹੋ ਜਾਏਗਾ, ਤੇ ਅਸਰਦਾਰ ਵੀ ਜ਼ਿਆਦਾ ਹੋ ਜਾਏਗਾ। ਜੇ ਕੁਤਰਿਆ ਅਸੀਂ ਕੀਤਾ ਇਸ ਨੂੰ ਤਿਆਰ, ਤੇ 90-100 ਦਿਨ ਨੇ, 3-5 ਮਹੀਨਿਆਂ ਦੇ ਵਿੱਚ ਆਪਣਾ ਬਿਲਕੁਲ ਤਿਆਰ ਹੋ ਜਾਏਗਾ। ਫਿਰ ਅਸੀਂ ਇਸ ਨੂੰ ਜਦੋਂ ਕੱਢਣਾ, ਫਿਰ ਅਸੀਂ ਇੱਦਾਂ ਨਹੀਂ ਰੱਖਣਾ ਇਸ ਨੂੰ, ਇੱਕ ਤਾਂ ਇਹਦੇ ਉੱਤੇ ਛੱਤ ਪਾ ਦੇਣਾ, ਪਰਲੀ ਦੇ ਦੇਣੀ, ਧੁੱਪ ਨਹੀਂ ਦੇਣੀ। ਦੂਸਰਾ ਨੰਬਰ, ਜਦੋਂ ਸਾਡਾ ਤਿਆਰ ਹੋ ਗਿਆ, ਅਸੀਂ ਇਹਨੂੰ ਕੱਢਣਾ ਕਦੋਂ ਹੈ ਬਈ, 8 ਵਜੇ ਤੋਂ ਸਵੇਰੇ ਪਹਿਲਾਂ, ਹੁਣ ਜਿੱਦਾਂ 5 ਵਜੇ ਨੇ, 5 ਤੋਂ ਮਗਰੋਂ ਆ ਕੇ ਅਸੀਂ ਧੁੱਪ ਦੇ ਵਿੱਚ, ਧੁੱਪ 'ਚ ਇਹਨੂੰ ਕੱਢਣਾ, ਨਾ ਧੁੱਪ ਉੱਤੇ ਵਿਖਾਣੀ ਹੈ, ਕੋਈ ਜਿਹੜੇ ਸਾਡੇ ਮਿੱਤਰ ਗੈਸ਼ ਹੈ, ਜਰਾਸੀਮ ਸਾਡੇ ਜੀਵਾਣੂ ਮਿੱਤਰ ਨੇ, ਉਹ ਮਰ ਜਾਣਗੇ। ਹੁਣ ਅਸੀਂ ਇਸ ਨੂੰ ਕੀਤਾ ਕਿੱਦਾਂ, ਅਸੀਂ ਇੱਕ ਪਾਸਿਓਂ ਪੱਲੀ ਚੁੱਕੀਏ, ਜਿੱਦਾਂ ਆਪਾਂ ਬਰਫੀ ਦੇ ਟੁਕੜੇ ਲਾਹਣੇ ਨੇ ਲਾਹ ਲੈਣੇ ਨੇ, ਲਾਹ ਕੇ ਭੋਰ ਲੈਣੀ ਹੈ, ਭੋਰਨ ਤੋਂ ਬਾਅਦ ਅਸੀਂ ਆਪਣੀ ਟਰਾਲੀ 'ਤੇ ਲੱਦ ਲੈਣੀ ਹੈ। ਹੁਣ ਟਰਾਲੀ 'ਤੇ ਲੱਦਣ ਤੋਂ ਫਿਰ ਅਸੀਂ ਵੇਖਣਾ ਵੀ ਖੇਤ ਕਿਹੜੇ 'ਚ ਪਾਣੀ ਹੈ, ਜੇ ਤਾਂ ਖੇਤ ਖੁਸ਼ਕ ਹੈ ਨਹੀਂ ਪਾਣੀ ਨਹੀਂ ਕੱਢਣੀ, ਖੇਤ ਨਵੀਂ ਵਾਲੇ 'ਚ ਪਾਣੀ ਹੈ, ਨਵੀਂ ਵਾਲੇ ਖੇਤ 'ਚ ਪਾ ਕੇ 5 ਵਜੇ ਤੋਂ ਮਗਰੋਂ ਅਸੀਂ ਉਹਦਾ ਛੱਟਾ ਕਰ ਦੇਣਾ, ਛੱਟਾ ਕਰਨ ਤੋਂ ਬਾਅਦ ਟਰਾਲੀ ਛੱਡਣ ਤੋਂ ਨਾਲ ਦੀ ਨਾਲ ਹੀ ਅਸੀਂ ਟੇਲਰ ਜੋ ਕਿ ਉਸ ਖੇਤ ਨੂੰ ਵਾਹ ਕੇ ਸੁਹਾਗਾ ਮਾਰ ਦੇਣਾ, ਜਿਹੜੀ ਸਾਡੀ ਗੈਸ ਇੱਥੋਂ ਗਈ ਹੈ ਉਹ ਸਾਡੇ ਖੇਤ ਵਿੱਚ ਉੱਥੇ ਮਿਲ ਗਈ, ਬੰਨੇ ਨਹੀਂ ਨਿਕਲੀ ਜੀ 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 ਜੀ। ਮਤਲਬ ਜਿਹੜਾ ਧੁੱਪ ਲੱਗਣ ਤੋਂ ਪਹਿਲਾਂ ਉਹਨੂੰ ਖੇਤ ਨੂੰ ਵਾਹ ਕੇ ਉਹਦੇ 'ਚ ਮਿਲਾ ਦੇਣੀ ਹੈ। ਠੀਕ ਹੈ, ਤੇ ਸਾਡੀ ਰੂੜੀ ਤਿਆਰ ਹੈ। ਹੁਣ ਪਾਣੀ ਕਿੰਨੀ ਹੈ, ਜੇ ਤੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਤੇ 5 ਕੁਇੰਟਲ ਤੁਹਾਡੇ 1 ਏਕੜ ਦੀ ਬੜੀ ਵਾਧੂ, 1 ਏਕੜ ਦੇ ਵਿੱਚ 5 ਕੁਇੰਟਲ ਬਹੁਤ ਛੱਟਾ ਕਰਨੀ ਹੈ ਜੀ ਜੀ।
ਤੇ ਬਾਪੂ ਜੀ ਫਿਰ ਮੈਨੂੰ ਪਹਿਲਾਂ ਐਂ ਦੱਸੋ ਵੀ ਤੁਹਾਨੂੰ ਇਹ ਜਿਹੜੀ ਤੁਸੀਂ ਸਾਨੂੰ ਵਿਧੀ ਦੱਸੀ ਹੈ ਇਹ ਤੁਸੀਂ ਕਿਤੋਂ ਸਿੱਖੀ ਸੀ, ਟ੍ਰੇਨਿੰਗ ਲਈ ਸੀ ਜਾਂ ਕਿਵੇਂ ਹੈ? ਇਹ ਸਾਡੇ ਕੋਲ 2008 ਵਿੱਚ ਕੋਈ ਦਿੱਲੀ ਤੋਂ ਬੰਦੇ ਆਏ ਸੀ ਅਤੇ 2008 ਵਿੱਚ ਮੈਂ ਇਸ ਨੂੰ ਸ਼ੁਰੂ ਕੀਤੀ ਸੀ। ਉਸ ਵੇਲੇ ਉਹਨਾਂ ਨੇ ਕੁਝ ਮੇਰੀ ਮਦਦ ਇਸ ਤਰ੍ਹਾਂ ਕੀਤੀ ਕਿ ਸਾਨੂੰ ਉਹ ਕੁਛ ਕੁੜੀਆਂ ਅਤੇ ਕੁਛ ਉੱਥੋਂ ਉਹਨਾਂ ਦੀਆਂ ਬਣੀਆਂ ਉਹ ਚੀਜ਼ਾਂ ਦੇ ਦਿੰਦੇ ਸੀ ਜਿਹਦੇ ਨਾਲ ਅਸੀਂ ਸ਼ੁਰੂ ਕਰਦੇ ਸੀ ਜੀ। ਉਹਨਾਂ ਨੇ ਤੁਹਾਨੂੰ ਇਹ ਸਾਰੀ ਵਿਧੀ ਦੱਸੀ? ਵਿਧੀ ਦੱਸੀ ਜਦੋਂ ਉਹ ਚਲੇ ਗਏ, ਫਿਰ ਮਗਰੋਂ ਕੁਛ ਕੰਪਨੀ ਸੀ ਜਾਂ ਕੁਛ ਕਿਸੇ ਵੱਲੋਂ ਆਏ ਸਨ, ਉਹ ਕੁਛ ਪੈਸੇ ਦਾ ਲਾਲਚ ਕਰਨ ਲੱਗੇ। ਮੈਂ ਉਹਨੇ ਚਿਰ ਨੂੰ ਆਪ ਸੰਭਲ ਚੁੱਕਿਆ ਸੀ, ਮੈਂ ਕਿਹਾ ਵੀ ਪੈਸੇ ਨਹੀਂ ਮੇਰੇ ਕੋਲ ਹੈ ਨਾ ਮੈਂ ਦੇਣੇ ਨੇ। ਉਹਨੇ ਚਿਰ ਫਿਰ ਮਾਪਣਾ ਸੀ, ਜਦੋਂ ਫਿਰ ਸਾਡੇ ਇਕੱਠ ਜੁੜਨ ਲੱਗ ਪਏ, ਅਸੀਂ ਫਿਰ ਖੇਤੀ ਵਿਰਾਸਤ ਮਿਸ਼ਨ ਜੈਤੋ ਨਾਲ ਜੁੜ ਕੇ, ਫਿਰ ਉੱਥੇ ਜਦੋਂ ਸਾਡੇ ਔਰਗੈਨਿਕ ਕਿਸਾਨ ਜੁੜਦੇ ਸਨ, ਉੱਥੇ ਸਾਡੀ ਇੱਕ ਦੂਜੇ ਦੀਆਂ ਗੱਲਾਂ ਜਦੋਂ ਉਹਨਾਂ ਨੂੰ ਦੱਸੀਆਂ, ਹੁਣ ਸਾਨੂੰ ਤਜਰਬੇ ਅੱਗੇ ਤੋਂ ਅੱਗੇ ਵਧਦੇ ਗਏ, ਹੁਣ ਸਾਡੇ ਤਜਰਬੇ ਆਪਣੇ ਪੂਰੇ। ਮਤਲਬ ਤੁਸੀਂ 2008 ਤੋਂ ਜੁਟੇ ਹੋਏ ਹੋ ਇਸ ਮਸਲੇ ਦੇ ਵਿੱਚ, ਠੀਕ ਹੈ। ਅਤੇ ਬਾਪੂ ਜੀ ਹੁਣ ਸਾਨੂੰ ਉਹ ਵੀ ਦਿਖਾਓ ਵੀ ਤੁਸੀਂ ਕਿੱਥੇ ਕੀ ਬੀਜਦੇ ਹੋ ਨਾ, ਕਿਹੜੀ ਕਿਹੜੀ ਫਸਲ ਕਰਦੇ ਹੋ, ਕਿਵੇਂ ਕਿਵੇਂ? ਹਾਂਜੀ ਹਾਂਜੀ ਦੇਖੀਏ ਜੀ। ਹਾਂਜੀ ਬਿਲਕੁਲ, ਇਹ ਤੁਸੀਂ ਵੇਖ ਲਿਆ ਜਿਹੜੇ ਟੋਇਆ ਸਾਡਾ ਟੁੱਟ ਚੁੱਕਿਆ, ਹੁਣ ਇਸ ਲਈ ਮੈਂ ਨਵਾਂ ਬਣਾਉਣਾ। ਜੀ ਜੀ, ਇੱਧਰ ਦੋ ਟੋਏ ਮੈਂ ਭੰਨੇ ਨੇ, ਇਹ ਨਵੇਂ ਮਕਾਨ ਬਣਾਏ ਨੇ, ਮੈਂ ਟੋਏ ਉੱਧਰ ਬਣਾਉਣੇ ਨੇ। ਇਹਦੇ ਵਿੱਚ ਬਣਾਈ ਦਾ ਤਰਲ ਕੀਟਨਾਸ਼ਕ, ਤਰਲ ਕੀਟਨਾਸ਼ਕ ਇਹਦੇ ਵਿੱਚ ਬਣਾਈ ਦਾ ਜੀਵ ਅੰਮ੍ਰਿਤ। ਇਹ ਤਰਲ ਕੀਟਨਾਸ਼ਕ ਇਹ ਕਾਹਦੇ ਵਾਸਤੇ ਕੰਮ ਆਉਂਦਾ? ਇਹ ਦਵਾਈ ਜਿਹੜਾ ਆਪਾਂ ਅੱਜ ਕੱਲ੍ਹ ਜ਼ਹਿਰਾਂ ਵਰਤਨੇ ਆ ਬਾਜ਼ਾਰੋਂ ਲਿਆ ਕੇ ਸਪਰੇਅ ਕਰਨ ਵਾਸਤੇ, ਸਪਰੇਅ ਕਰਨ ਵਾਸਤੇ ਇਹ ਸਪਰੇਅ ਹੋ ਗਈ। ਹਾਂ, ਇਹ ਤਰਲ ਕੀਟਨਾਸ਼ਕ ਸਾਡੀ ਹੋ ਗਈ, ਦੇਸੀ ਜ਼ਹਿਰ ਬਣਾ ਕੇ ਤਿਆਰ ਕਰਕੇ। ਦੇਸੀ, ਸਮਝ ਗਏ, ਦੇਸੀ ਜ਼ਹਿਰ ਤਿਆਰ ਕਰਨਾ, ਮਤਲਬ ਕਿ ਜਿਹੜੇ ਆਪਣੇ ਕੀੜਿਆਂ ਨੂੰ ਮਾਰਨ ਵਾਸਤੇ ਦੇਸੀ ਤਰੀਕੇ, ਜਿਹਦਾ ਕੋਈ ਨੁਕਸਾਨ ਨਹੀਂ ਹੈਗਾ। ਨੁਕਸਾਨ ਨਹੀਂ ਹੈ, ਬੰਦੇ ਨੂੰ ਵੀ ਨਹੀਂ ਤੇ ਕੀੜੇ ਨੂੰ ਵੀ ਛੇਤੀ ਨਹੀਂ ਮਾਰਦਾ, ਉਸ ਨੂੰ ਉੱਥੇ ਉਹਦਾ ਮੂੰਹ ਘੁਮਾ ਕੇ ਖਰਾਬ ਕਰ ਦੇਗਾ ਜਾਂ ਉਹ ਕੀੜੇ ਨੂੰ ਭਜਾਣ ਦੇ ਕੰਮ ਆਉਂਦਾ, ਭਜਾਣ ਦੇ ਵਿੱਚ ਚਲਾ ਜੀ, ਮਾਰਦਾ ਨਹੀਂ ਹੈਗਾ, ਮਾਰੇਗਾ ਥੋੜਾ। ਅਸਲ ਕੁਦਰਤ ਦਾ ਅਸੂਲ ਵੀ ਇਹੀ ਹੈ ਵੀ ਮਾਰੋ ਨਾ ਭਜਾ ਦਿਓ, ਹੈਨਾ? ਪੰਜ ਕਿਲੋ ਨਿੰਮ ਦੇ ਪੱਤੇ, 5 ਕਿਲੋ ਭੰਗ ਦੇ ਪੱਤੇ, 5 ਅਮਰੂਦ ਦੇ, 5 ਅਰੇਂਡ ਦੇ ਤੇ 5 ਆਕਤੂਰਾ ਜਿਹੜਾ ਉਹ ਜ਼ਹਿਰੀਲਾ ਹੁੰਦਾ ਗੋਗੜੇ ਜੀ ਜੀ ਜੀ। ਇਸ ਤਰ੍ਹਾਂ ਕਰਕੇ 12-13 ਚੀਜ਼ਾਂ ਨੇ ਅਤੇ ਇੱਕ ਹੋਰ ਸਾਡੀ ਜਿਹਨੂੰ ਕਾਂਗਰਸ ਘਾਹਦੇ ਨੇ ਉਹਨੂੰ ਅਸੀਂ ਹੁਣ ਪਿੱਛੇ ਕਰ ਲਈ ਭਾਜਪਾ ਆਖਣ ਲੱਗਿਆ ਸੀ ਮੈਂ, ਹੁਣ ਸ਼ਾਇਦ ਕਿਤੇ ਭਾਜਪਾ ਹੀ ਨਿੰਦਰੀ ਬਣ ਜੇ। ਉਹ ਘਾਹ ਜਿਹੜਾ ਜ਼ਹਿਰੀਲਾ ਜਿਹਾ ਉਹ ਵਿੱਚ ਪਾ ਕੇ ਦਵਾਈ ਕੰਮ ਅਸੀਂ ਉਹਦੀ ਉਹ ਦਵਾਈ ਬਣੀਦੀ ਹੈ, ਠੀਕ ਹੈ। ਇਹ ਦਵਾਈ ਬਣਾ ਕੇ ਉਹਨੂੰ ਫਿਰ ਤੁਸੀਂ ਕਿੰਨਾ ਸਮਾਂ ਇਹਦੇ ਵਿੱਚ ਪਾ ਕੇ ਰੱਖਦੇ ਹੋ? ਜੇ ਤਿਆਰ ਕਰਕੇ ਟੁਕੜੇ ਕਰਕੇ ਮੈਂ ਜਿਹੜਾ ਤੁਸੀਂ ਉਹ ਸਾਨੂੰ ਦੱਸੇ ਆ ਪੱਤੇ, ਹਨਾ, ਉਹ 5-5 ਕਿਲੋ ਲੈਣੇ ਜੀ ਸਾਰੇ ਜੀ ਜੀ। ਤੇ ਜੇ ਨਹੀਂ ਘੱਟ ਨੇ ਤਾਂ ਵੀ ਕੋਈ ਅਰਜਾ ਨਹੀਂ, ਜੇ ਨਹੀਂ ਵਿੱਚੋਂ ਕੋਈ ਚੀਜ਼ ਮਿਲੀ ਤਾਂ ਵੀ ਕੋਈ ਅਰਜਾ ਨਹੀਂ ਜੀ। ਮੈਂ ਅੰਦਾਜ਼ਨ 5-5 ਕਿਲੋ ਦੇ ਹਿਸਾਬ ਨਾਲ 5-5 ਕਿਲੋ ਲੈ ਕੇ ਤੇ ਇਹ ਆਪਾਂ ਤਿਆਰ ਕਰ ਲੈਣਾ। ਜੇ ਇਹਨੂੰ ਗਰਮੀ ਹੈ ਤੇ 5-7 ਦਿਨਾਂ 'ਚ ਤਿਆਰ ਹੈ, ਜੇ ਠੰਡ ਹੈ ਤੇ 7-9 ਦਿਨਾਂ 'ਚ ਤਿਆਰ ਹੈ। 7 ਦਿਨ ਜਾਂ 9 ਦਿਨ ਵਾਸਤੇ ਅਸੀਂ ਸਵੇਰੇ ਸ਼ਾਮੀ ਇਸ ਨੂੰ ਹਿਲਾਉਂਦੇ ਰਹਿਣਾ। 7ਵੇਂ ਦਿਨ ਇਸ 'ਚੋਂ ਝੱਗ ਨਿਕਲੇਗਾ, ਤਿਆਰ ਹੋ ਜਾਏਗਾ, ਝੱਗ ਫਿਰ ਮਰ ਜਾਏਗਾ ਤੇ ਸਾਡਾ ਤਿਆਰ ਹੋ ਗਿਆ। ਅਸੀਂ ਕੱਢ ਕੇ ਆਈ ਫਸਲ ਵਿੱਚ 5 ਲੀਟਰ ਤੋਂ ਲੈ ਕੇ 7 ਲੀਟਰ ਤੱਕ ਅਸੀਂ ਇਸ ਨੂੰ ਪਾਣੀ 'ਚ ਰਲਾ ਕੇ ਕਿਸੇ ਵੀ ਚੀਜ਼ 'ਤੇ ਸਪਰੇਅ ਕਰ ਸਕਦੇ ਹਾਂ ਜੀ। ਕਿੰਨਾ ਪਾਣੀ ਮਿਲਦਾ ਜੀ ਇਹਦੇ 'ਚ? 16 ਲੀਟਰ ਪੈਂਦਾ ਜੀ। ਇਸ ਨੂੰ 5 ਪਾ ਲਓ, ਜੇ ਤੁਹਾਡੇ ਕੋਲ ਥੋੜ੍ਹੀ ਜਿਹੀ ਹੋਰ ਤੁਹਾਨੂੰ ਕੋਈ ਕੀੜਾ ਥੋੜ੍ਹਾ ਜ਼ਿਆਦਾ ਦਿਸਦਾ ਤੇ 7 ਲੀਟਰ ਪਾ ਲਓ। ਇਹ ਤਰਲ ਕੀਟਨਾਸ਼ਕ ਆਪਣਾ ਤਿਆਰ, ਹੁਣ ਆ ਜਾਊਗਾ ਆਪਾਂ ਯੂਰੀਏ ਦਾ ਕੰਮ ਲੈਣ ਵਾਸਤੇ। ਜਿਹੜਾ ਪਹਿਲਾਂ ਆਪਾਂ ਤੁਸੀਂ ਚੁੱਕਿਆ ਉਹ ਸੀ ਆਪਣਾ, ਇਹਨੂੰ ਇਹਦਾ ਘੋਜ ਨਾਲ ਲੈਂਦੇ ਨੇ ਗੋਬਰ। ਇਹ ਲੈ ਲਓ ਆਪਣਾ ਜਿਹੜਾ ਇਹ ਜੀਵ ਅੰਮ੍ਰਿਤ ਜੀ, ਇਹ ਹੈਗਾ 300 ਲੀਟਰ ਦਾ। ਅੱਛਾ ਜੀ, ਇਹਦੇ 'ਚ 2 ਕਿਲੋ ਵੇਸਣ, 2 ਕਿਲੋ ਗੁੜ ਤੇ 5 ਕਿਲੋ ਗੋਬਰ, 5 ਕਿਲੋ ਪਿਸ਼ਾਬ, ਬਾਕੀ ਸਾਰਾ ਪਾਣੀ ਦਾ ਭਰ ਕੇ ਤੇ ਇਸ ਨੂੰ ਮੈਂ ਤਿਆਰ ਕਰ ਦੇਣਾ। ਇਹ ਹੈਗਾ 5-7 ਦਿਨਾਂ 'ਚ ਤਿਆਰ ਹੋਵੇਗਾ ਗਰਮੀ 'ਚ, ਤੇ ਠੰਡ 'ਚ 7-9 ਦਿਨਾਂ 'ਚ ਤਿਆਰ ਹੈ। ਸਵੇਰੇ ਸ਼ਾਮੀ ਇਸ ਨੂੰ ਹਿਲਾਉਂਦੇ ਰਹਿਣਾ, ਜਦੋਂ ਅਸੀਂ ਹਿਲਾਉਂਦੇ ਰਵਾਂਗੇ ਤੇ ਸਮਝ ਵੀ ਝੱਗ ਤਰ੍ਹਾਂ ਚੱਲੇਗਾ ਜਿੱਦਾਂ ਸ਼ਰਾਬ ਚੱਲਦਾ, ਤੇ 9ਵੇਂ ਦਿਨ ਝੱਗ ਸਾਰਾ ਵਾਲਾ ਮਾਰੇਗਾ, ਵਾਲਾ ਮਾਰੇਗਾ ਜੀ ਜੀ। 9ਵੇਂ ਦਿਨ ਝੱਗ ਇਹਦਾ ਖਤਮ ਹੋ ਜਾਏਗਾ, ਅਸੀਂ ਢੋਲੀਆਂ 'ਚ ਪਾ ਕੇ ਇਸ ਨੂੰ 5 ਲੀਟਰ 10 ਲੀਟਰ ਜਿੰਨਾ ਵੀ ਪਾਣਾ ਉਹ ਆਪਣੇ ਪਾ ਕੇ ਅਸੀਂ ਖੇਤ ਵਿੱਚ ਪਾਣੀ ਰਲਾ ਕੇ ਛੱਟਾ ਕਰ ਦੇਣਾ, ਤੇ ਇਹ 15-18% ਯੂਰੀਏ ਦਾ ਕੰਮ ਕਰੇਗਾ ਜੀ।
ਬਹੁਤ ਹੀ ਇੱਕ ਇਹ ਵਧੀਆ ਕਿਸਮ ਦੀ ਜਿਹੜੀ ਤੁਸੀਂ ਜਾਣਕਾਰੀ ਸਾਨੂੰ ਦੇ ਰਹੇ ਹੋ। ਅਤੇ ਦੋਸਤੋ ਤੁਸੀਂ ਜਿਹੜੀ ਇਹ ਗੱਲਾਂ ਸੁਣ ਰਹੇ ਹੋ, ਮੈਂ ਤਾਂ ਬੇਨਤੀ ਕਰਾਂਗਾ ਕਿ ਇਹਨੂੰ ਕਰਕੇ ਦੇਖਣ ਦੀ ਕੋਸ਼ਿਸ਼ ਕਰਿਓ। ਨਹੀਂ ਬਾਪੂ ਜੀ ਪਿੰਡ ਮਾਫ਼ ਕਰਨਾ, ਪਿੰਡ ਪੀਪਲ ਮਘੌਲੀ ਦੇ ਵਿੱਚ ਰਹਿੰਦੇ ਨੇ, ਬਿਲਕੁਲ ਰੋਡ ਦੇ ਉੱਤੇ ਹੀ ਇਹਨਾਂ ਦਾ ਫਾਰਮ ਹੈ। ਤੁਸੀਂ ਮੈਂ ਨੰਬਰ ਵੀ ਥੱਲੇ ਪਾ ਦਊਂਗਾ, ਸਕਰੀਨ ਦੇ ਉੱਤੇ ਸ਼ੋਅ ਹੋ ਜੂਗਾ, ਤੁਸੀਂ ਬਾਪੂ ਜੀ ਨਾਲ ਗੱਲ ਵੀ ਕਰ ਸਕਦੇ ਹੋ ਅਤੇ ਬਾਪੂ ਜੀ ਤੁਹਾਡੀ ਹਰ ਤਰ੍ਹਾਂ ਨਾਲ ਸਹਾਇਤਾ ਵੀ ਕਰਨਗੇ, ਹੈ ਨਾ, ਅਤੇ ਜਿਵੇਂ ਵੀ ਉਹ ਕਰਦੇ ਨੇ ਤੁਹਾਨੂੰ ਆਪਣੇ ਤਜਰਬੇ ਵੀ ਸ਼ੇਅਰ ਕਰਨਗੇ। ਅਤੇ ਬਾਪੂ ਜੀ ਹੁਣ ਆਪਾਂ ਦੇਖੀਏ ਅੱਗੇ ਫਿਰ, ਹੈ ਨਾ, ਹਾਂਜੀ ਬਾਪੂ ਜੀ। ਅੱਛਾ ਸਾਨੂੰ ਇਹ ਦੱਸੋ ਵੀ ਆਹ ਤੁਸੀਂ ਉਚੇਚੇ ਤੌਰ 'ਤੇ ਲਾਇਆ ਹੋਇਆ ਬੂਟਾ, ਇਹ ਕੀ ਬੂਟਾ ਹੈ? ਮੇਰੀ ਤਾਂ ਸਮਝ 'ਚ ਨਹੀਂ ਆਉਂਦਾ ਵੀ ਇਹ ਕੀ ਚੀਜ਼ ਹੈ, ਮੈਂ ਦੇਖਿਆ ਹੈ ਨਹੀਂ ਇੱਥੇ ਇਹ ਆਪਣੇ ਲਾਗੇ ਨੇੜੇ ਦੇ ਕਿਤੇ, ਇਹ ਕੀ ਚੀਜ਼ ਹੈ? ਇਹ ਹੈਗਾ ਜੀ ਸੁਹਾਂਜਣਾ। ਸੁਹਾਂਜਣਾ, ਹਾਂ ਨਾਮ ਅਸੀਂ ਸੁਣਿਆ ਇਹ ਪਰ ਦੇਖਿਆ ਨਹੀਂ ਕਿਤੇ। ਅਤੇ ਇਹ ਆਪਣੇ ਕੋਈ 10 ਕੁ ਬੂਟੇ ਲੱਗੇ ਨੇ ਜੀ, ਪਹਿਲਾਂ ਜ਼ਿਆਦਾ ਸਨ, ਉਹ 400 ਬੂਟਾ ਉੱਥੇ ਲੱਗਿਆ ਆਪਣੇ ਖੇਤ ਵਿੱਚ। ਅੱਛਾ ਜੀ, ਇਹ ਸਮਝੋ ਥੱਲੇ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਦਵਾਈ ਦਵਾਈ ਹੈ। ਅੱਛਾ, ਮੈਡੀਕਲ ਯੂਜ ਲਈ ਇਹ ਵਰਤਿਆ ਜਾਂਦਾ ਜੜ੍ਹ ਤੋਂ ਸਿਰ ਤੱਕ। ਆਹੋ, ਜੋ ਖੋਜ ਅਨੁਸਾਰ ਇਹਦਾ ਪਤਾ ਲੱਗਦਾ 350 ਬਿਮਾਰੀਆਂ ਨਾਲ ਲੜਨ ਵਾਸਤੇ ਸਾਡੇ ਵਿੱਚ ਤਾਕਤ। ਬੱਲੇ 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 ਬੱਲੇ, ਕੀ ਬਾਤ ਹੈ ਜੀ, ਕੀ ਬਾਤ ਹੈ। ਹਾਂਜੀ, ਪੈਰਾਂ ਤੋਂ ਲੈ ਕੇ ਸਿਰ ਤੱਕ। ਬਾਪੂ ਜੀ ਫਿਰ ਤੁਹਾਨੂੰ ਕੋਈ ਅੰਦਾਜ਼ਾ ਹੈ ਵੀ ਇਹਦੀ ਦਵਾਈਆਂ ਕਿੱਥੇ ਕਿੱਥੇ ਕਿਵੇਂ ਕਿਵੇਂ ਕੰਮ ਆਉਂਦੀਆਂ ਹੋਣ? ਇਸਦਾ ਜੀ ਜੋ ਮੇਰੇ ਕੋਲ ਖਬਰਾਂ ਆ ਰਹੀਆਂ ਨੇ ਜੀ, ਉਸ ਖਬਰ ਵਿੱਚ ਇੱਕ ਵੈਦ ਬੈਠੇ ਨੇ ਮੋਗੇ 'ਚ ਜੋ ਖਬਰ ਲਿਖ ਕੇ ਕਰਦੇ ਜੀ ਜੀ ਜੀ, ਅਤੇ ਇਹ ਹੈਗਾ ਕੋਈ 10 ਅਰਬ ਦੀ ਇਹ ਦਵਾਈਆਂ ਜਿਹੜੀਆਂ ਅਸੀਂ ਪੈ ਕੇ ਬਾਹਰਲੇ ਦੇਸ਼ਾਂ 'ਚ ਵਪਾਰ ਚੱਲ ਰਿਹਾ, 3 ਅਰਬ ਦਾ ਸਾਡੇ ਹਿੰਦੁਸਤਾਨ ਵਿੱਚ। ਦੇਖੋ ਦੋਸਤੋ, 10 ਅਰਬ ਦੀ ਦਵਾਈ ਸਾਡੇ ਜਿਹੜੀ ਫੋਰਨ ਕੰਟਰੀਜ਼ ਦੇ ਵਿੱਚ ਜਾ ਰਹੀ ਹੈ ਸੁਹਾਂਜਣੇ ਦੀ ਬਣ ਕੇ, ਅਤੇ 3 ਅਰਬ ਦੀ ਦਵਾਈ ਜਿਹੜੀ ਹੈ ਉਹ ਇੱਥੇ ਯੂਜ ਹੋ ਰਹੀ ਹੈ। ਅਤੇ ਬਾਪੂ ਜੀ ਤੁਸੀਂ ਫਿਰ ਇਹਦਾ ਬੀਜ ਵਗੈਰਾ ਤਿਆਰ ਕੀਤਾ ਜੀ ਬੂਟੇ ਦਾ? ਬਿਲਕੁਲ ਬਿਲਕੁਲ ਜੀ, ਥੱਲੇ ਜੜ੍ਹ ਤੋਂ ਲੈ ਕੇ ਸਿਰੇ ਤੱਕ ਦਵਾਈ ਹੈ ਜੀ, ਅਤੇ ਇਸ ਨੂੰ ਮੈਂ ਪਹਿਲਾਂ ਤਾਂ ਇਹਦਾ ਪੂਰਾ ਖਿਆਲ ਨਹੀਂ ਕੀਤਾ, ਹੁਣ ਮੈਂ ਕੋਈ 5 ਕੁ ਸਾਲਾਂ ਤੋਂ ਇਸਦੇ ਬੀਜ ਵੰਡ ਰਿਹਾ ਹਰ ਕਿਸਾਨ ਨੂੰ, ਹਰ ਬੰਦੇ ਨੂੰ, ਹਰ ਘਰ ਨੂੰ। ਮੈਂ ਆਪਣੇ ਮੋਟਰਸਾਈਕਲ ਵਿੱਚ ਬੀਜ ਰੱਖੇ ਹੋਏ ਨੇ, ਜਦੋਂ ਵੀ ਕਿਤੇ ਜਾਵਾਂ ਮੈਂ 2 ਦਾਣੇ ਉਹਨਾਂ ਨੂੰ ਕੱਢ ਕੇ ਦੇ ਦਿੰਦਾ। ਬਈ ਬੱਲੇ ਬੱਲੇ, ਇਹ ਦੇਖੋ ਕਿੱਡੀ ਸੇਵਾ ਹੈ ਬਾਪੂ ਜੀ ਦੀ, ਇਹ ਵੀ ਆਪਣੇ ਨਾਲ ਨਾਲ ਹੀ ਬੀਜ ਰੱਖਦੇ ਨੇ, ਜਿੱਥੇ ਕੋਈ ਕਿਸਾਨ ਮਿਲਦਾ ਹੈ ਕਿਤੇ ਥਾਂ ਮਿਲਦੀ ਹੈ ਉੱਥੇ ਉਹਨਾਂ ਨੂੰ ਦੇ ਦਿੰਦੇ ਨੇ। ਅਤੇ ਇੱਕ ਅਰਬਾਂ ਦੀ ਦਵਾਈ ਦਾ ਬੂਟਾ ਇਹ, ਅਰਬਾਂ ਦੀ ਦਵਾਈ ਬਣ ਰਹੀ ਹੈ ਇਹਦੀ, ਤਾਂ ਬਾਪੂ ਜੀ ਫਰੀ ਦਿੰਦੇ ਆ ਉਹਨੂੰ। ਬਿਲਕੁਲ ਬਿਲਕੁਲ, ਫਿਰ ਇਹ ਮੈਂ ਕੋਈ 3 ਕੁ ਸਾਲ ਤੋਂ ਵੰਡਿਆ ਸੀ 2000, ਉਦੋਂ ਅਗਲੇ 3000, ਪਿਛਲੇ ਸਾਲ 5000, ਜਿਹੜਾ ਇਹ ਸਾਲ ਗਿਆ ਮੈਂ 8000 ਇਸਦਾ ਬੀਜ ਬਾਹਰ ਲੋਕਾਂ ਨੂੰ ਵੰਡਿਆ ਅਤੇ ਪੈਸਾ ਨਹੀਂ ਲਿਆ ਇੱਕ। ਹੁਣ ਮੈਂ 10000 ਦਾ ਟੀਚਾ ਰੱਖੀ ਬੈਠਾ ਵਾਂ ਵੀ ਇਹਦੇ ਦਾਣੇ ਲੈਣੇ ਨੇ, ਜਿਹਨੇ ਵੀ ਕਿਸੇ ਲੈਣੇ ਨੇ ਮੇਰੀ ਹੈ, ਤੁਸੀਂ ਸੁਣੀ ਰਹੇ ਹੋ ਫਿਲਮ, ਇਹਦੇ 'ਚ ਮੇਰੇ ਕੋਲ ਆ ਕੇ ਤੁਸੀਂ ਬੀਜ ਲੈ ਸਕਦੇ ਹੋ, ਕੋਈ ਪੈਸਾ ਨਹੀਂ, ਕੁਛ ਨਹੀਂ, ਤੁਹਾਡਾ ਆਉਣ ਦਾ ਖਰਚਾ ਜ਼ਰੂਰ ਹੋਵੇਗਾ, ਕਿਆ ਮੈਂ ਪਿਆ ਦਿਆਂਗਾ, ਜਦੋਂ ਤੁਸੀਂ ਮਰਜ਼ੀ ਆ ਕੇ ਇਹਦਾ ਬੀਜ ਲੈ ਸਕਦੇ ਹੋ। ਹੁਣ ਤੁਸੀਂ ਇਹਦੇ ਵਰਤਣ ਦਾ ਤਰੀਕਾ ਤੁਹਾਨੂੰ ਮੈਂ ਬਾਈ, ਜਿੰਨਾ ਵੀ ਆ ਬੂਟਾ ਖੜਾ ਹੋਇਆ ਜੀ, ਫੋਟੋ ਸ਼ਾਇਦ ਤੁਹਾਡੇ ਕੋਲ ਆ ਰਹੀ ਹੋਵੇਗੀ, ਇਹਦੇ ਹਰੇ ਪੱਤਰੇ ਜਿਹੜੇ ਨੇ ਜਿੰਨੇ ਵੀ ਖਾਧੇ ਜਾਣ, ਜਦੋਂ ਵੀ ਕਿਤੇ ਲਾਣਾ ਇਸ ਨੂੰ ਘਰ ਦੇ ਦਰਵਾਜ਼ੇ ਅੱਗੇ ਲਾਣਾ, ਸਵੇਰੇ ਤੁਸੀਂ ਕੰਮ ਜਾਣਾ ਕਿਤੇ ਇਹਦਾ ਬੂਟਾ ਵੇਖ ਕੇ ਜਾਣਾ, ਜਦੋਂ ਬਾਹਰੋਂ ਆ ਕੇ ਤੁਸੀਂ ਅੰਦਰ ਵੜਨਾ ਇਹਦਾ ਬੂਟਾ ਵੇਖ ਕੇ ਫਿਰ ਅੰਦਰ ਵੜਨਾ, 2 ਪੱਤਰੇ ਮੂੰਹ 'ਚ ਪਾ ਕੇ ਫਿਰ ਅੰਦਰ ਜਾਇਓ ਜੇ, ਜਦੋਂ ਤੁਸੀਂ ਘਰ ਦਵਾਈ ਨੂੰ ਇਹ ਕਹਿ ਛੱਡੋ ਕਿ ਇਹਦੇ ਪੱਤਰੇ ਤੋੜ ਕੇ ਜਿੰਨੀ ਵਾਰੀ ਚਾਹ ਬਣਾਉਣੀ ਹੈ ਤੁਹਾਡੇ ਸਾਰੇ ਬੱਚੇ ਚਾਹ ਪੀਣ, ਉਸ ਤੋਂ ਬਾਅਦ ਜੇ ਵੱਧ ਗਿਆ ਤਾਂ ਸਬਜ਼ੀ ਵਿੱਚ ਪਾ ਸਕਦੇ ਹੋ, ਚਟਣੀ ਵਿੱਚ ਪਾ ਸਕਦੇ ਹੋ, ਇਸ ਤੋਂ ਕਿਤੇ ਫਿਰ ਜ਼ਿਆਦਾ ਵੱਧ ਜਾਣ ਅਤੇ ਫਿਰ ਅਸੀਂ ਇਸ ਨੂੰ ਸੁਕਾ ਕੇ ਪਾਊਡਰ ਬਣਾ ਕੇ ਡੱਬੀਆਂ ਵਿੱਚ ਪਾ ਕੇ ਆਪਣੇ ਸਿਰਹਾਣੇ ਰੱਖ ਲੈਣਾ, ਰਾਤ ਨੂੰ ਸੌਣ ਲੱਗਿਆਂ ਰੋਟੀ ਤੋਂ ਮਗਰੋਂ 15 ਮਿੰਟ ਬਾਅਦ ਇੱਕ ਚੁਟਕੀ ਮੂੰਹ 'ਚ ਪਾ ਕੇ ਪਾਣੀ ਨਾਲ, ਚਾਹ ਨਾਲ, ਦੁੱਧ ਨਾਲ ਲੈ ਕੇ ਸੌਂ ਜਾਓ। ਸੈਂਕੜੇ ਬਿਮਾਰੀਆਂ, ਜਿਸ ਦਾ 350 ਬਿਮਾਰੀ ਦਾ ਤੁਹਾਨੂੰ ਦੱਸਿਆ, ਇਹਦੇ ਨਾਲ ਲੜਨ ਵਾਸਤੇ ਬਿਮਾਰੀਆਂ ਨਾਲ ਸਾਡੇ ਸਰੀਰ ਵਿੱਚ ਤਾਕਤ ਭਰ ਦੇਵੇਗਾ, ਇਸ ਨੂੰ ਵਰਤੋ। ਦੋਸਤੋ ਦੇਖੋ, ਮੈਂ ਖਾ ਰਿਹਾ ਇਹਨੂੰ, ਇਹਦਾ ਜਿਹੜਾ ਸਵਾਦ ਹੈ ਨਾ ਉਹ ਐਂ ਜਿਵੇਂ ਸਰੋਂ ਦੀ ਗੰਦਲ ਦਾ ਸਵਾਦ ਹੁੰਦਾ, ਖੇਤ ਦੇ ਜਦ ਕੱਚੀ ਗਲ ਸਰੋਂ ਦੀ ਗੰਦਲ ਖਾਂਦੇ ਆ ਨਾ ਕਈ ਵਾਰ, ਉਹ ਸਵਾਦ ਹੈ ਇਹਦਾ। ਅਤੇ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਇਹਦੇ ਫਾਇਦੇ ਹੀ ਫਾਇਦੇ ਹੈ, ਵੀ ਆਪਣੇ ਘਰੇ ਲਾ ਲਓ ਭਾਈ, 350 ਬਿਮਾਰੀ ਤੁਹਾਡੀ ਉਈ ਤੁਹਾਡੇ ਲੱਗੇ ਨਹੀਂ ਲੱਗਣੀ ਹੈਗੀ। ਅਤੇ ਬੀਜ ਬਾਪੂ ਜੀ ਨੇ ਦੱਸਤਾ ਵੀ ਬਾਪੂ ਜੀ ਕਹਿੰਦੇ ਆ ਵੀ ਤੁਸੀਂ ਆ ਜਿਓ, ਚਾਹ ਤੁਹਾਨੂੰ ਮੈਂ ਪਿਆ ਦੂੰ ਅਤੇ ਫਰੀ 'ਚ ਬੀਜ ਦੇਣਗੇ ਉਹ। ਅਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ, ਇਹ ਸਾਨੂੰ ਇੱਕ ਬੜੀ ਬੜਮੁੱਲੀ ਜਾਣਕਾਰੀ ਦੇਣ ਲਈ। ਸੁਹਾਂਜਣਾ ਦਰਖਤ ਪੰਜਾਬ ਦੇ ਵਿੱਚ ਮੇਰਾ ਖਿਆਲ ਤਕਰੀਬਨ ਖਤਮ ਹੋ ਚੱਲਿਆ, ਮੈਨੂੰ ਤਾਂ ਕਿਤੇ 28-29 ਸਾਲਾਂ 'ਚ ਦੇਖਣ ਨੂੰ ਮਿਲਿਆ ਨਹੀਂ ਹੈਗਾ ਇਹ। ਸੋ ਇਹ ਦਰਖਤਾਂ ਨੂੰ ਬਚਾਉਣ ਦੀ ਲੋੜ ਹੈ, ਮੈਡੀਕਲ ਵੈਲਿਊ ਦੇਖਿਓ ਕਿੰਨੀ ਹੈ ਇਹਦੀ।
ਦੋਸਤੋ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਵਰਲਡ ਚੈਨਲ। ਇਹਦੇ ਵਿੱਚ ਅੱਜ ਅਸੀਂ ਤੁਹਾਨੂੰ ਪਿੰਡ ਪੀਪਲ ਮਘੌਲੀ ਦੇ ਵਿੱਚ ਬਾਪੂ ਮਹਿੰਦਰ ਸਿੰਘ ਜੀ ਹੋਰਾਂ ਦਾ ਜਿਹੜਾ ਹੈ ਉਹ ਫਾਰਮ ਹਾਊਸ ਦਿਖਾ ਰਹੇ ਹਾਂ। ਉਹਦੇ ਵਿੱਚ ਉਹ ਔਰਗੈਨਿਕ ਖੇਤੀ ਕਰਦੇ ਨੇ, ਤਕਰੀਬਨ 22 ਵਿਘਿਆਂ ਦੇ ਵਿੱਚ ਸਾਨੂੰ ਦਿਖਾ ਰਹੇ ਨੇ ਉਹ ਸਾਰਾ ਕੁਛ, ਹੈ ਨਾ। ਸੋ ਬਣੇ ਰਹੋ ਸਾਡੇ ਨਾਲ, ਬੇਨਤੀ ਹੈ ਹੱਥ ਜੋੜ ਕੇ ਜਿਹੜੇ ਦੋਸਤ ਸਾਡੇ ਚੈਨਲ 'ਤੇ ਨਵੇਂ ਆਏ ਨੇ ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਜਿਹੜੇ ਪੁਰਾਣੇ ਨੇ ਜਿਹੜੇ ਸਾਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਅੱਗੇ ਵਾਸਤੇ ਇੱਦਾਂ ਹੀ ਸਾਥ ਬਣਾ ਕੇ ਰੱਖਿਓ। ਦੋਸਤੋ ਤੁਹਾਨੂੰ ਦੱਸ ਦਈਏ ਮਈ ਦਾ ਮਹੀਨਾ ਚੱਲਦਾ ਅੱਜ, ਮੇਰੇ ਖਿਆਲ 27 ਮਈ ਹੈ ਜੀ। ਹਾਂ 27 ਮਈ ਹੈ, ਅਤੇ ਮੀਂਹ ਮੂੰਹ ਦਾ ਕਰਕੇ ਪਾਣੀ ਦੀ ਸਾਡੇ ਇੱਥੇ ਤੰਗੀ ਤੋਸ਼ੀ ਰਹਿੰਦੀ ਹੈ, ਉਸ ਕਰਕੇ ਜ਼ਮੀਨ 'ਚ ਵੀ ਪਾਣੀ ਸਾਡੇ ਹੈ ਨਹੀਂ, ਬਹੁਤ ਘੱਟ ਪਾਣੀ ਹੈ। ਸੋ ਸਰਕਾਰਾਂ ਹੁਣ ਕੋਸ਼ਿਸ਼ਾਂ ਕਰ ਰਹੀਆਂ ਨੇ, ਬਹੁਤ ਚੰਗੀ ਗੱਲ ਹੈ, ਅਤੇ ਉਸ ਕਰਕੇ ਜੀ ਥੋੜ੍ਹਾ ਜਿਹਾ ਰੋਕਿਆ ਹੋਇਆ ਬਾਪੂ ਜੀ ਹੋਰਾਂ ਨੇ, ਜਦੋਂ ਮੀਂਹ ਮੂੰਹ ਪੈਣਗੇ ਉਹਦੀ ਸਹਾਇਤਾ ਨਾਲ ਅੱਗੇ ਕੰਮ ਚੱਲੂਗਾ। ਹਾਂਜੀ ਬਾਪੂ ਜੀ, ਫਿਰ ਸਾਰੀ ਮੂਲੀ ਅਤੇ ਗਾਜਰ ਹੀ ਲੱਗਣੀ ਹੈ। ਅੱਛਾ ਜੀ, ਅਸੀਂ ਮੂਲੀ ਅਤੇ ਗਾਜਰ ਦਾ ਗਾਜਰ ਹੀ ਲਾਣੀ ਔਰਗੈਨਿਕ ਤਰੀਕੇ ਨਾਲ। ਹਾਂ ਔਰਗੈਨਿਕ ਨਾਲ, ਅਤੇ ਜਿਹੜੀ ਵਿਕਣੀ ਹੈ ਉਹ ਜ਼ਹਿਰਾਂ 'ਚ ਵਿਕਣੀ ਹੈ ਜੀ, ਔਰਗੈਨਿਕ ਤਿਆਰ ਕਰਨੀ ਹੈ ਤੇ ਵਿਕਣੀ ਜਿਹੜੀ ਉਹ ਜ਼ਹਿਰਾਂ 'ਚ ਵਿਕਣੀ ਹੈ। ਕਿਉਂ ਇਸ ਤਰ੍ਹਾਂ ਕਿ ਮੈਂ ਜਿਸ ਤਰ੍ਹਾਂ ਆਪਣੀ 10 ਕੁਇੰਟਲ ਲੈ ਗਿਆ ਸਬਜ਼ੀ, 10 ਕੁਇੰਟਲ ਮੇਰੀ ਜਿੱਥੇ ਔਰਗੈਨਿਕ ਉੱਥੇ ਤੇ ਮੇਰੀ 10 ਕਿਲੋ ਹੀ ਵਿਕੇਗੀ ਮਸੀਂ, ਤੇ 10 ਕੁਇੰਟਲ ਮੇਰੀ ਵਿਕਣੀ ਨਹੀਂ। ਕਿਉਂ ਮੇਰੇ ਕੋਲ ਹੈਗੀ 11-12 ਕਿੱਲੇ ਗਾਜਰ, ਤੇ ਇਸ ਕਰਕੇ ਸਾਡੀ 12-14 ਕੁਇੰਟਲ ਗਾਜਰ, 5-7 ਕੁਇੰਟਲ ਮੂਲੀ, 18-20 ਕੁਇੰਟਲ ਰੋਜ਼ਾਨਾ ਸਾਡੀ ਇਹ ਸਾਡੀ ਫਤਿਹਗੜ੍ਹ ਸਾਹਿਬ ਜਾ ਕੇ ਜਿਹੜੀ ਆਮ ਮੰਡੀ ਹੈ ਉੱਥੇ ਵਿਕ ਜਾਂਦੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਤ੍ਰਾਸਦੀ ਹੈ ਬਾਪੂ ਜੀ, ਉਹ ਇੰਨੀ ਮਿਹਨਤ ਕਰਦੇ ਨੇ, ਇੰਨਾ ਕੁਛ ਕਰਦੇ ਨੇ, ਪਰ ਇਹਨਾਂ ਦੀ ਜਿਹੜੀ ਆਊਟਪੁੱਟ ਹੈ, ਹੈ ਨਾ, ਜੋ ਵੀ ਗਾਜਰ ਹੈ ਮੂਲੀ ਹੈ, ਉਹ ਬਾਅਦ ਦੇ ਵਿੱਚ ਜਿਹੜੀ ਜਿੱਥੇ ਆਮ ਰਸਾਇਣਿਕ ਦਵਾਈਆਂ ਨਾਲ ਤਿਆਰ ਕੀਤੀਆਂ ਹੋਈਆਂ ਸਬਜ਼ੀਆਂ ਉਹਨਾਂ ਦੇ ਨਾਲ ਹੀ ਵਿਕਦੀ ਹੈ। ਸੋ ਇਸ ਚੀਜ਼ ਨੂੰ ਜ਼ਰੂਰ ਸਰਕਾਰ ਵੱਲੋਂ ਵੀ ਜਾਂ ਸਾਡੇ ਸੁਹਿਰਦ ਕਿਸਾਨ ਭਰਾਵਾਂ ਵੱਲੋਂ ਵੀ ਜਾਂ ਜਿਹੜੇ ਸੁਹਿਰਦ ਸਾਡੇ ਗ੍ਰਾਹਕ ਨੇ, ਹੈ ਨਾ, ਉਹਨਾਂ ਵੱਲੋਂ ਵੀ ਇਸ ਚੀਜ਼ ਨੂੰ ਦੇਖਣਾ ਚਾਹੀਦਾ ਵੀ ਜਿਹੜੀ ਔਰਗੈਨਿਕ ਤਰੀਕੇ ਨਾਲ ਬਾਪੂ ਜੀ ਹੋਰੀ ਕਰਦੇ ਨੇ ਜਾਂ ਪੰਜਾਬ ਦੇ ਹੋਰ ਬਹੁਤ ਸਾਰੇ ਕਿਸਾਨ ਨੇ, ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਜਿਹੜਾ ਉਹ ਜ਼ਰੂਰ ਮੁੜਨਾ ਚਾਹੀਦਾ। ਅਤੇ ਬਾਪੂ ਜੀ ਆਪਾਂ ਇਹ ਅੱਗੇ ਚੱਲੀਏ ਜੀ ਹੁਣ ਫਿਰ। ਹਾਂ ਮੂੰਗੀ ਵਿਖਾਵਾਂ ਜੀ 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 ਜੀ, ਉਹ ਵੀ ਔਰਗੈਨਿਕ ਤਰੀਕੇ ਨਾਲ ਕਰ ਰਹੇ ਹੋ ਮੂੰਗੀ ਵੀ? ਔਰਗੈਨਿਕ ਮੂੰਗੀ ਜੀ, ਉਹ ਖਰਾਬ ਹੋ ਗਈ। ਅੱਛਾ ਲਓ ਜੀ ਦੋਸਤੋ, ਇਹ ਹੈਗੀ ਹੈ ਬਾਪੂ ਜੀ ਹੋਰਾਂ ਦੀ ਮੋਟਰ, ਜਿੱਥੋਂ ਬਾਪੂ ਜੀ ਉਹਨਾਂ ਨੇ ਸਾਰਾ ਜਿਹੜਾ ਪ੍ਰਬੰਧ ਪਾਣੀ ਦਾ ਕਰਨਾ ਹੁੰਦਾ। ਇਹ ਬਾਪੂ ਜੀ 22 ਵਿਘਿਆਂ ਨੂੰ ਪਾਣੀ ਆਪਾਂ ਇੱਥੋਂ ਹੀ ਦੇਣਾ ਹੁੰਦਾ ਜਾ ਰਿਹਾ ਜੀ। ਉਹ ਪੈ ਗਿਆ 1 ਕਿੱਲੇ ਦਾ, ਇਹ ਦੂਸਰੇ ਕਿੱਲੇ ਦਾ, ਇਹ ਤੀਜੇ ਕਿੱਲੇ ਦਾ, ਉਹ ਚੌਥੇ ਕਿੱਲੇ ਦਾ, ਉਹ 5ਵੇਂ ਕਿੱਲੇ ਦਾ ਜੀ। ਇਸ ਕਿੱਲੇ ਨੂੰ ਵੀ ਲਾਣਾ ਹੈ, ਸਾਰਾ ਬੰਦ ਪਾਣੀ ਸਿੱਧਾ 1 ਕਿੱਲੇ ਨੂੰ ਜਾਏਗਾ, ਉੱਥੇ ਜਾ ਕੇ ਨਿਕਲ ਪਏਗਾ, ਉੱਥੋਂ ਫਿਰ ਮੈਂ ਸਾਂਭ ਲੈਣਾ। ਅੱਛਾ, ਤੁਸੀਂ ਪਾਈਪ ਥੱਲਿਓਂ ਹੇਠਾਂ ਪਾਈਪਲਾਈਨ ਸਿਸਟਮ ਕੀਤਾ ਹੈ? ਕੋਈ ਸਰਕਾਰੀ ਮਦਦ ਨਹੀਂ ਲਈ ਹੋਈ। ਸੋ ਆਓ ਅੱਗੇ ਵੀ ਦੇਖਦੇ ਹਾਂ ਆਪਾਂ। ਤੇ ਬਾਪੂ ਜੀ ਉਹਨਾਂ ਨੇ ਮੂੰਗੀ ਦੱਸਿਆ ਵੀ ਇਹਨਾਂ ਦੀ ਮੂੰਗੀ ਜਿਹੜੀ ਆ ਉਹ ਖਰਾਬ ਹੋ ਗਈ ਹੈ ਇਸ ਵਾਰ। ਵੈਸੇ ਇਸ ਵਾਰ ਸਰਕਾਰ ਨੇ ਕਿਹਾ ਵੀ ਮੂੰਗੀ ਬੀਜੋ, ਤੁਹਾਨੂੰ MSP ਦੇਵਾਂਗੇ। ਤੁਸੀਂ ਔਰਗੈਨਿਕ ਤਰੀਕੇ ਨਾਲ ਬਾਪੂ ਜੀ ਤਿਆਰ ਕੀਤੀ? ਔਰਗੈਨਿਕ ਸਾਰੀ ਜੀ ਜੀ, ਇਹ ਮੂੰਗੀ ਵੀ ਔਰਗੈਨਿਕ ਹੈ, ਖੇਤ ਵੀ ਔਰਗੈਨਿਕ ਹੈ, ਸਾਰਾ ਔਰਗੈਨਿਕ। ਤੇ ਫਲ ਵੇਖੋ ਕਿੱਦਾਂ ਭਰਿਆ ਪਿਆ, ਬੂਟੇ ਕੈਸੇ ਭਰੇ ਪਏ ਨੇ, ਤੇ ਹੁਣ ਇਹ 'ਚ ਫਲੀ ਕੋਈ ਨਹੀਂ। ਇਹਦਾ ਕਾਰਨ ਬਾਪੂ ਜੀ ਕੀ ਹੋਇਆ? ਇਹ ਮੌਸਮ ਦਾ ਜੀ, ਸਾਰਾ ਜਿੰਨਾ ਵੀ ਤੱਤ ਕੱਢ ਰਹੇ ਆ ਸਾਰਾ ਮੌਸਮ, ਜਿਵੇਂ ਇਸ ਵਾਰ ਕਣਕ ਦੇ ਉੱਤੇ ਵੀ ਅਸਰ ਪਿਆ ਹੈ ਨਾ, ਉਹੀ ਅਸਰ ਇੱਥੇ ਵੀ ਪਿਆ। ਬਿਲਕੁਲ ਜੀ, ਤੁਸੀਂ ਫਲੀ ਲੱਭੋ ਆਈ ਕੋਈ? ਹਾਂ। ਸੋ ਦੋਸਤੋ ਦੇਖੋ, ਔਰਗੈਨਿਕ ਖੇਤ ਹੈ, ਔਰਗੈਨਿਕ ਤਰੀਕੇ ਨਾਲ ਬਾਪੂ ਜੀ ਨੇ ਸਾਰਾ ਕੁਛ ਕੀਤਾ ਹੈ, ਪਰ ਇਸ ਵਾਰ ਚਲੋ ਕੁਦਰਤੀ ਜਿਹੜਾ ਹੈ ਉਹ, ਇਸ ਵਾਰ ਕਣਕ ਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦਾਣਾ ਬਹੁਤ ਮਾੜਾ ਰਹਿ ਗਿਆ, ਹੈ ਨਾ, ਉਹੀ ਕਾਰਨ ਬਾਪੂ ਜੀ ਹੋਰੀ ਦੱਸ ਰਹੇ ਹਾਂ ਵੀ ਇਹਦੇ ਵਿੱਚ ਵੀ ਫਲੀ ਨਹੀਂ ਪਈ ਹੈਗੀ, ਪਰ ਉੱਦਾਂ ਬੂਟੇ ਪੂਰੇ ਮੱਲੇ ਹੋਏ ਨੇ ਦੇਖੋ, ਹੈ ਨਾ, ਤੇ ਐਨ ਹਰਾ ਝੱਗ ਖੜਾ ਸਾਰਾ ਕੁਛ, ਤੇ ਪਰ ਫਲ ਨਹੀਂ ਪਿਆ ਹੈਗਾ। ਹੁਣ ਇੱਕ ਤੁਹਾਨੂੰ ਹੋਰ ਦੱਸਾਂ, ਇੱਕ ਇਹ ਵੇਖੋ ਇਹ ਫਲੀ ਲੱਗ ਚੁੱਕੀ ਨਾ, ਅਸਲ ਫਸਲ ਇਹ ਮੈਂ ਅੱਜ ਨੂੰ ਇਹ 5-4 ਦਿਨ ਪਹਿਲਾਂ ਮੇਰੇ ਖੇਤ ਵੱਢਿਆ ਜਾਣਾ ਸੀ, ਐਸਾ ਮੌਸਮ ਨੇ ਕੀਤਾ ਇਹ ਫਲੀ ਤੇ ਗਈ ਰੋਕ, ਤੇ ਇਹ ਨਵੀਂ ਫਲੀ ਨਿਕਲ ਆਈ। ਹਾਂ, ਨਵੀਂ ਫਲੀ ਤੇ ਫੁੱਲ ਪੈ ਰਿਹਾ, ਇਹ ਪੱਕਣੀ ਨਹੀਂ ਹੈਗੀ, ਮੌਸਮ ਬਦਲ ਗਿਆ। ਹਾਂ, ਅੱਗੇ ਮੌਸਮ ਬਦਲ ਜੂਗਾ, ਇਹ ਹੁਣ ਵੱਲ ਦਾ ਜਿਹੜੀ ਪੁਰਾਣੀ ਹੈ ਉਹਦੇ 'ਚ ਕੁਛ ਮਿਲਿਆ ਨਹੀਂ, ਆਪਾਂ ਨਵੀਂ ਦੇ ਵਿੱਚ ਮੌਸਮ ਕਰਕੇ ਨਵੀਂ ਮੌਸਮ ਵਿਗੜਿਆ, ਫਲ ਨਹੀਂ ਪੈਣਾ, ਉਹਨੇ ਨੂੰ ਰੂਟਾਵੀਟਰ ਨਾਲ ਵਾਹਾਂਗਾ, ਵਿੱਚੇ ਵਾਹ ਦੇ ਵਿੱਚੋਂ ਵਾਹਣੀ ਪੈਣੀ। 10 ਕੁਇੰਟਲ ਦਾ ਅੰਦਾਜ਼ਾ ਸੀ ਮੇਰਾ ਇੱਥੋਂ ਨਿਕਲਣ ਦਾ। ਹਾਂ, ਪਰ ਮੈਂ ਤੇ ਬਾਪੂ ਜੀ ਤੁਸੀਂ ਫਿਰ ਇਹ ਮਤਲਬ ਔਰਗੈਨਿਕ ਮੂੰਗੀ ਦਾ ਤੇ ਦੂਜੀ ਰਸਾਇਣਿਕ ਮੂੰਗੀ ਦਾ ਰੇਟ ਦਾ ਫਰਕ ਤੇ ਹੁੰਦਾ? ਇਹ ਮੂੰਗੀ ਵਾਰੀ ਇੱਥੇ ਖੇਤ ਵਿੱਚ ਵਿਕ ਜਾਂਦੀ ਜੀ, ਮੈਂ ਬਾਜ਼ਾਰ ਨਹੀਂ ਕਿਤੇ ਲੈ ਜਾਂਦਾ, ਜਿਹੜੇ ਬੰਦੇ ਮੇਰੇ ਕੋਲ ਲੈਂਦੇ ਨੇ ਨਾ ਉਹ ਹੀ ਲੈ ਜਾਂਦੇ ਨੇ। ਪਹਿਲਾਂ 125 ਵੀ ਸੀ, 120 ਵੀ ਸੀ, ਪਰ ਮੈਂ 100 ਰੁਪਏ ਦੇਣਾ ਪਿਆ ਹੁਣ ਬਾਜ਼ਾਰ 'ਚ, ਜਿਹੜਾ ਹੈਗਾ 73 ਦਾ, ਦੁਕਾਨਾਂ 'ਤੇ ਹੈਗਾ 80 ਦਾ, ਅਤੇ ਮੈਂ 100 ਰੁਪਏ ਦੇਣਾ ਪਿਆ ਅਜੇ ਔਰਗੈਨਿਕ ਔਰਗੈਨਿਕ ਕਰਕੇ, ਅਜੇ ਪਈ ਮੇਰੇ ਕੋਲ 2 ਕੁਇੰਟਲ। ਜੀ 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 ਜੀ, ਅਤੇ ਬਾਪੂ ਜੀ ਇਸ ਤੋਂ ਇਲਾਵਾ ਤੁਸੀਂ ਹੋਰ ਮਤਲਬ ਮੂੰਗੀ ਹੋ ਗਈ ਇੱਥੇ, ਹੈ ਨਾ, ਕੋਈ ਮੇਥਰਾ ਲਾਈਦਾ? ਅੱਛਾ, ਉਹ ਵੀ ਔਰਗੈਨਿਕ ਤਰੀਕੇ ਨਾਲ ਕਰਦੇ? ਔਰਗੈਨਿਕ ਮੇਥਰਾ, ਦੇਸੀ ਮੇਥਰਾ ਜਿਹੜਾ ਪਾਕਿਸਤਾਨੀ ਸੀ, ਇਹ ਵੀ ਪਾਕਿਸਤਾਨੀ ਸੀ।
ਅੱਛਾ ਕਣਕ ਪਾਕਿਸਤਾਨੀ ਸ਼ਾਇਦ ਤੁਹਾਨੂੰ ਮੈਂ ਵਿਖਾਵਾਂ ਦਾਣੇ ਤੁਸੀਂ ਵੇਖ ਕੇ ਹੈਰਾਨ ਹੋ ਜੂਗੇ ਵੀ ਹੋਰ ਕੁਦਰਤ ਨੇ ਉਹ ਚ ਕੀ ਰੰਗ ਭਰਿਆ ਪਿਆ ਅੱਛਾ ਜੀ ਤੇ ਕੁਦਰਤੀ ਵੇਖਣ ਚ ਮੋਟਾਈ ਮੋਟੇ ਦਾਣੇ ਹੁੰਦੇ ਨੇ ਮੋਟੇ ਦਾਣੇ ਤੇ ਫਿਰ ਮੇਰੇ ਤਰੀਕੇ ਨੇ ਕੁਝ ਕਣਕ ਲਾਣ ਦੇ ਬਾਪੂ ਜੀ ਤੁਸੀਂ ਕਿਵੇਂ ਪਾਕਿਸਤਾਨੀ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਪਾਕਿਸਤਾਨ ਨੂੰ ਮੰਗਾਇਆ ਹੋਇਆ ਜਾਂ ਇੱਥੇ ਜਦੋਂ ਲੈ ਕੇ ਆਏ ਪਾਕਿਸਤਾਨ ਤੋਂ ਜਦੋਂ ਅੱਛਾ ਉਦੋਂ ਦਾ ਤੁਸੀਂ ਉਹ ਬਿੱਲ ਸੰਭਾਲਿਆ ਹੋਇਆ ਥੋੜਾ ਬੀਜ ਹੈ ਵਾਹ ਵੀ ਵਾਹ ਦੋਸਤੋ ਬੀਜ ਸੰਭਾਲੇ ਦੇਖੋ 1947 ਚ ਉੱਥੋਂ ਦਾ ਉਹ ਜਿਹੜਾ ਤੁਹਾਨੂੰ ਪਤਾ ਹੈ ਨਾ ਵੰਡ ਹੋਈ ਹੈ ਉਦੋਂ ਤੋਂ ਬਜ਼ੁਰਗਾਂ ਦੇ ਬੀਜ ਸਾਂਭੇ ਹੋਏ ਬਾਪੂ ਜੀ ਹੋਰਾਂ ਨੇ ਹੁਣ ਤੱਕ ਰੱਖੇ ਹੋਏ ਨੇ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਅਤੇ ਬਾਕੀ ਕਣਕ ਅੱਛਾ ਜੀ ਕਣਕ ਦਾ ਕੁਝ ਮੈਂ ਤਰੀਕਾ ਤੁਹਾਨੂੰ ਦੱਸ ਦਿਆਂ ਜੇ ਕਿਸੇ ਕਿਸਾਨ ਨੇ ਲਾਉਂਦੇ ਹੁਣ ਮੈਂ ਦੱਸ ਰਿਹਾ ਹਰ ਕਿਸਾਨ ਨੂੰ ਦੱਸ ਰਿਹਾ ਵੀ ਘੱਟ ਬੀਜ ਮੈਂ ਵੇਚ ਰਿਹਾ 100 ਰੁਪਏ ਦਾ ਕਿਲੋ ਬੀਜ ਅੱਛਾ ਜੀ ਕਿਸਾਨ ਨੂੰ ਮੈਂ ਕਹਿੰਦਾ ਤੂੰ ਮੇਰੇ ਕੋਲ ਮੁੱਲ ਨਾ ਲੈ ਜੀ ਮੈਂ 30 ਗ੍ਰਾਮ ਹਰ ਕਿਸਾਨ ਨੂੰ ਬੀਜ ਤਿਆਰ ਕਰਕੇ ਦੇਣਾ ਅਗਲੇ ਸਾਲ ਉਹਦਾ 3 ਕਿੱਲੇ ਦਾ ਬੀਜ ਹੈ ਦੇਸੀ ਬੀਜੋ ਦੇਸੀ ਖਾਓ ਅਤੇ ਦੇਸੀ ਰਹੋ ਪਰ ਕਿਸਾਨ ਵਿੱਚ ਮੰਨਦੇ ਨਹੀਂ ਮੈਂ ਪਿੱਛੇ ਜਿੱਥੇ ਵੀ ਕਿਸਾਨਾਂ ਦਾ ਇਕੱਠ ਹੁੰਦਾ ਉੱਥੇ ਜਾ ਕੇ ਮੈਂ 5-4 ਕਿੱਲੋ ਲੈ ਜਾਂਦਾ ਆਪਣੀ ਕਣਕ ਅਤੇ 30-30 ਗ੍ਰਾਮ ਹਰ ਕਿਸਾਨ ਨੂੰ ਮੁਫ਼ਤ ਦੇਈ ਜਾਏ ਬੀਜਣ ਵਾਸਤੇ ਉਹ ਮਤਲਬ ਘੱਟੋ ਘੱਟ ਆਪੋ ਆਪਣੇ ਵਾਸਤੇ ਬੀਜ ਲੈਣਾ ਆਪਣੇ ਦੋ ਦੋ ਵੀ ਫਿਰ ਅੱਗੇ ਵਧਾ ਕੇ ਜਿੰਨੀ ਮਰਜ਼ੀ ਬੀਜ ਲੈਣ ਅੱਗੇ ਬੀਜ ਉਹਨਾਂ ਦੀ ਮਰਜ਼ੀ ਉਹ ਮਤਲਬ ਉਹੀ ਪਾਕਿਸਤਾਨੀ ਬੀਜ ਹੈ ਇਹ ਪਾਕਿਸਤਾਨੀ ਬੀਜ ਇਹਦਾ ਨਾਮ ਹੈਗਾ ਜਿਹੜੇ 6-7 ਬੀਜ ਨੇ ਮੇਰੇ ਕੋਲ ਮੇਰੇ ਪਿੰਡ ਦਾ ਨਾਂ ਸੀ 204 ਪਾਕਿਸਤਾਨ ਵਿੱਚ ਤੇ ਸਾਡਾ ਬਾਵੇ ਦੇ ਨਾਮ ਨਾਲ ਮਸ਼ਹੂਰ ਸੀ ਸਾਡੇ ਵੱਡਿਆਂ ਚੋਂ ਸਾਡਾ ਪਰਦਾਦਾ ਇੱਕ ਸਾਧ ਹੋ ਗਿਆ ਸੀ ਉਹਨੂੰ ਬਾਵਾ ਕਹਿਣ ਲੱਗ ਪਏ ਸੀ ਉਹ ਪਿੰਡ ਹੀ ਬਾਵਾ ਵੱਜਣ ਲੱਗ ਪਿਆ 204 ਚੱਕ ਬਾਵੇ ਵਾਲਾ ਪਿੰਡ ਦਾ ਨਾਮ ਸੀ ਪਿੰਡ ਦਾ ਨਾਮ ਸੀ ਹੁਣ ਮੇਰੇ ਜਿਹੜੇ 7 ਬੀਜ ਨੇ ਨਾ ਇਹਨਾਂ ਦਾ ਨਾਮ ਵੀ ਮੈਂ 204 ਰੱਖਿਆ ਹੋਇਆ ਮੂੰਗੀ 204 ਪਾਲਕ 204 ਮੇਥਰਾ 204 ਛੋਲੇ 204 ਕਣਕ 204 ਗਾਜਰ 204 ਸਾਰੇ ਬੀਜਾਂ ਦਾ ਇੱਕੋ ਹੀ ਨਾਮ ਬਹੁਤ ਸੋਹਣਾ ਇੱਕ ਤਰੀਕਾ ਵੀ ਹੈ ਆਪਣੇ ਪਿਛੋਕੜ ਨੂੰ ਯਾਦ ਰੱਖਣ ਦਾ ਹਨਾ ਵੀ 204 ਨੰਬਰ ਨਾਲ ਤੁਹਾਨੂੰ ਆਪਣਾ ਜਿਹੜਾ ਪਿਛੋਕੜ ਵੀ ਯਾਦ ਰਹਿੰਦਾ ਯਾਦ ਰਹਿੰਦਾ ਤੇ ਲੋਕੀ ਮੈਨੂੰ ਆ ਕੇ ਪੁੱਛਦੇ ਨੇ ਇਹਦਾ ਨਾਮ ਫਿਰ ਮੈਂ ਉਹਨੂੰ ਦੱਸ ਦਿੰਦਾ ਵੀ ਇਹਦਾ ਨਾਮ 204 ਦਾ ਬੀਜ ਜੀ ਇਸ ਲਈ ਮੈਂ ਰੱਖਿਆ ਹੈ 4 ਕੁਇੰਟਲ ਛਾਣ ਕੇ ਸੰਭਾਲ ਕੇ ਪੂਰਾ ਰੱਖਿਆ ਪਿਆ ਇਹਨੂੰ ਮੈਂ ਜਦੋਂ ਕੱਤੇ ਦੀ ਬਿਜਾਈ ਸ਼ੁਰੂ ਹੋਣੀ ਹੈ ਉਸ ਵੇਲੇ ਮੇਰੇ ਕੋਲ ਕਿਸਾਨਾਂ ਨੇ ਹੁਣ ਵੀ 2-3 ਨੇ ਮੰਗਿਆ ਉਹ ਲੈ ਜਾਣਗੇ ਬਾਕੀ ਜਿਹੜੇ ਨੇ ਉਸ ਵੇਲੇ ਮੌਕੇ 'ਤੇ ਆ ਕੇ 5-5, 10-10 ਕਿੱਲੋ ਜ਼ਿਆਦਾ ਵੀ ਨਹੀਂ ਦੇਈਦਾ ਜੀ ਜ਼ਿਆਦਾ ਦੇ ਕੇ ਫਿਰ ਕਿਸਾਨ ਪੂਰੇ ਨਹੀਂ ਹੁੰਦੇ ਜਿਵੇਂ ਜ਼ਿਆਦਾ ਆ ਜਾਣ ਤਾਂ ਇਸ ਕਰਕੇ ਉਹਨਾਂ ਥੋੜ੍ਹਾ ਵੰਡੀ ਜਾਈਦਾ ਉਹ ਲਈ ਜਾਂਦੇ ਅੱਗੇ ਵਧੀ ਜਾਣਾ ਫਿਰ ਕਈ ਸਾਲਾਂ ਤੋਂ ਲੋਕ ਲੈ ਕੇ ਜਾ ਰਹੇ ਨੇ ਜੀ ਇਹਨੂੰ ਕਰਨ ਦਾ ਤਰੀਕਾ ਉਹੀ ਔਰਗੈਨਿਕ ਹੈ ਤੁਹਾਡਾ ਹਾਂ ਔਰਗੈਨਿਕ ਕਰਨ ਦਾ ਤਰੀਕਾ ਇਹ ਹੈ ਜੇ ਹੁਣ ਅੱਜ ਕੱਲ੍ਹ ਕਈ ਕਿਸਾਨ ਮੇਰੇ ਕੋਲ ਫਿਰ ਲੈ ਜਾਂਦੇ ਪਏ ਨੇ ਹੁਣ ਬਈ ਅਸੀਂ ਉਨੀ ਤੇਰੇ ਵਾਲੇ ਤਰੀਕੇ ਨਾਲ ਲਾ ਨਹੀਂ ਸਕਦੇ ਆਪਣਾ ਤੀਜਾ ਤਰੀਕਾ ਦੱਸਦੇ ਫਿਰ ਉਹਨਾਂ ਦੱਸ ਦਈਦਾ ਬਈ 40 ਕਿੱਲੋ ਛੱਡ ਦੇ 15-18 ਕਿੱਲੇ ਦਾ ਪਾ ਦੇ ਤੇ ਡਰਿੱਲ ਨੂੰ ਘਟਾ ਲੈ ਇੱਕ ਇੱਕ ਦਾਣਾ ਕੇਰ ਦੇ ਜਾਂ ਪਤਲਾ ਪਤਲਾ ਤਰੀਕੇ ਨਾਲ ਛੱਟਾ ਕਰ ਦੇ ਜਾਂ ਕੇਰ ਲੈ ਉਸ ਨੂੰ ਜਾਂ ਜਦੋਂ ਜੰਮੇਗਾ ਤੁਹਾਨੂੰ ਬੜਾ ਭੈੜਾ ਲੱਗੇਗਾ ਦੂਜੇ ਕਿਸਾਨ ਲੰਘਣਗੇ ਆਖਣਗੇ ਖੇਤ ਖਰਾਬ ਹੋ ਗਿਆ ਬਈ ਦੂਰ ਦੂਰ ਜੰਮਿਆ ਜਦੋਂ ਜੰਮ ਕੇ ਉਹਦਾ ਤੁਹਾਡਾ ਕੋਈ 4-4 ਤੋਂ 6-6 ਇੰਚੀ ਹੋ ਜਾਏਗਾ ਉਹੀ ਕਿਸਾਨ ਆ ਕੇ ਤੁਹਾਨੂੰ ਕਹਿਣਗੇ ਵਾਹ 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 ਤੇਰਾ ਤਰੀਕਾ ਬੜਾ ਚੰਗਾ ਇਸ ਵੇਲੇ ਵੱਢਣ 'ਤੇ ਆਵਾਂਗੇ ਫਿਰ ਅਸੀਂ ਉਹਨਾਂ ਨਾਲੋਂ 10-20-50 ਕਿੱਲੋ ਉਹਨਾਂ ਨਾਲੋਂ ਵਧੇ ਹੋ ਵਧਿਆ ਹੀ ਹੋਏਗਾ ਹਾਂਜੀ ਦੋਸਤੋ ਅਸੀਂ ਨਾ ਹੁਣ ਤੁਹਾਨੂੰ ਦਿਖਾਵਾਂਗੇ ਬਾਪੂ ਜੀ ਹੋਰੇ ਨਾ ਘਰੋਂ ਬੀਜ ਲੈ ਕੇ ਆਏ ਹਾਂ ਜਿਹੜੇ ਇਹਨਾਂ ਦੇ ਪਾਕਿਸਤਾਨੀ ਬੀਜ ਆ ਜਿਹੜੇ ਬਾਪੂ ਜੀ ਦੱਸ ਰਹੇ ਸੀ ਅਤੇ ਅਸੀਂ ਬਾਪੂ ਜੀ ਨੂੰ ਉਚੇਚਾ ਕਿਹਾ ਬਾਪੂ ਜੀ ਸਾਨੂੰ ਉਹ ਬੀਜ ਦਿਖਾਓ ਜਿਹੜੇ ਤੁਹਾਡੇ ਪਾਕਿਸਤਾਨੀ ਬੀਜ ਹੈ ਬਾਪੂ ਜੀ ਉਹਨਾਂ ਨੂੰ ਕਸ਼ਟ 'ਤੇ ਅਸੀਂ ਦਿੱਤਾ ਥੋੜ੍ਹਾ ਜਿਹਾ ਘਰੋਂ ਲੈ ਕੇ ਆਏ ਇਹ ਪਰ ਮੈਂ ਨਾ ਬਈ ਬੀਜ ਦੇਖ ਕੇ ਹੈਰਾਨ ਹੋ ਗਿਆ ਵੀ ਆਹ ਦੇਖੋ ਇਹ ਦੇਖੋ ਬੀਜ ਮਾੜਾ ਜਿਹਾ ਧਿਆਨ ਨਾਲ ਦੇਖਿਓ ਇਹ ਕਣਕ ਹੈ ਅਤੇ ਇਹ ਬਾਪੂ ਜੀ ਕਹਿ ਰਹੇ ਵੀ ਹਜੇ ਮਾਰ ਦੇ ਵਿੱਚ ਹੈ ਇਹ ਇਸ ਵਾਰ ਤੁਹਾਨੂੰ ਪਤਾ ਹੈ ਕਣਕ ਸਾਰੀ ਆਪਣੀ ਮਾਰ 'ਚ ਆਈ ਹੈ ਹੈ ਨਾ ਸੋ ਮਾਰ ਦੇ ਵਿੱਚ ਵੀ ਕਣਕ ਦਾ ਹੁਸਨ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਰੰਗ ਦਾ ਹੀ ਕਿੰਨਾ ਫਰਕ ਹੈ ਕਣਕ ਦੇ ਹੈ ਨਾ ਇਹ ਪਾਕਿਸਤਾਨੀ ਕਣਕ ਹੈ ਬਾਪੂ ਜੀ ਕੀ ਨਾਂ ਰੱਖਿਆ ਤੁਸੀਂ ਇਹਦਾ ਬੀਜ ਦਾ ਬਾਵਾ 204 ਬੀਜ ਦਾ ਨਾਂ ਹੈ ਜਿਵੇਂ ਬਾਪੂ ਜੀ ਉਹਨਾਂ ਨੇ ਪਹਿਲਾਂ ਦੱਸਿਆ ਹੈ ਨਾ ਅਤੇ ਇੱਕ ਚੀਜ਼ ਮੈਂ ਹੋਰ ਦਿਖਾਵਾਂ ਤੁਹਾਨੂੰ ਇਹ ਆਹ ਦੇਖਿਓ ਇਹ 29-67 ਹੈ ਜਿਹੜੀ ਮੇਰੇ ਹੱਥ ਦੇ ਵਿੱਚ ਹੈ ਆਪਣੇ ਪੰਜਾਬ ਦੀ ਇਹ ਯੂਨੀਵਰਸਿਟੀ ਵਾਲੀ ਕਣਕ ਹੈ ਬਾਪੂ ਜੀ ਹੈ ਨਾ ਜਿਹੜੀ ਯੂਨੀਵਰਸਿਟੀ ਵਾਲਾ ਬੀਜ ਹੈ ਜਿਹੜੀ ਆਪਾਂ ਹੁਣ ਸਾਰਿਆਂ ਨੇ ਯੂਨੀਵਰਸਿਟੀ ਤਿਆਰ ਕੀਤੀ ਹੈ ਨਾ PU ਨੇ ਉਹ ਹੈ ਇਹ ਕਣਕ ਨੂੰ ਦੇਖ ਲਓ ਤੁਸੀਂ ਜਿਹੜੀ ਬਾਪੂ ਦੇ ਹੱਥ ਦੇ ਵਿੱਚ ਉਹ ਪਾਕਿਸਤਾਨੀ ਕਣਕ ਹੈ ਉਹਨੂੰ ਦੇਖ ਲਓ ਵੀ ਕਿੱਡੀ ਸੋਹਣੀ ਕਣਕ ਹੈ ਉਹ ਅਤੇ ਇਹ ਸਾਡੀ ਯੂਨੀਵਰਸਿਟੀ ਵਾਲੀ ਕਣਕ ਹੈ ਇਹ ਹੁਣ ਦਾ ਨਿਕਾਲ ਹੈ ਇਸ ਵਾਰ ਦਾ ਵੀ ਬੀਜ ਦਾ ਦੇਖੋ ਕਿੰਨਾ ਫਰਕ ਹੈ ਹੈ ਨਾ ਅਤੇ ਉਹ ਔਰਗੈਨਿਕ ਹੈ ਜਿਹੜੀ ਬਾਪੂ ਜੀ ਦੇ ਹੱਥ ਦੇ ਵਿੱਚ ਹੈ ਦੇਖੋ ਕਿੰਨਾ ਫਰਕ ਹੈ ਕਣਕ ਦਾ ਹੀ ਫਰਕ ਦੇਖੋ ਕਿੰਨਾ ਹੈ ਸੋ ਅਸੀਂ ਤਾਂ ਇਹੀ ਕਹਾਂਗੇ ਭਾਈ ਕੁਦਰਤੀ ਖੇਤੀ ਕਰੋ ਅਤੇ ਜਿਹੜੇ ਤੁਹਾਡੇ ਪੁਰਾਣੇ ਬੀਜ ਹੈ ਨਾ ਪੁਰਾਣੇ ਪੰਜਾਬੀਆਂ ਦੇ ਉਹਨਾਂ ਬੀਜਾਂ ਨੂੰ ਜ਼ਰੂਰ ਵਰਤੋ ਅਤੇ ਬਾਕੀ ਇਹ ਬੀਜ ਬਾਪੂ ਜੀ ਇੱਕ ਲੈ ਕੇ ਆਏ ਹੈ ਇਹ ਮੇਥਾ ਹੈ ਦੇਖੋ ਮੇਥੇ ਦਾ ਕਿੱਡਾ ਸੋਹਣਾ ਬੀਜ ਹੈ ਇਹ ਵੀ ਪਾਕਿਸਤਾਨੀ ਬੀਜ ਹੈ ਦਿਖਾਇਓ ਬਾਪੂ ਜੀ ਵੇਖੋ ਜੀ ਤੁਸੀਂ ਵਾਸ਼ ਨਾ ਵੇਖੋ ਹਾਂ
हाँ बई वाकई एदी ना जेड़ी स्मेल है बीज दी ओ सुगंध है ओ बहुत सोहनी है ते बड़ी तिखी सुगंध है जिवें मेथे दी होनी चाहिए है। अजकल वाले बीज चो सुगंध नहीं आती असी एक दो बार नोट किया है पर एदे दे विचों ना एन पता लगता है जिवें पुरानी मेथे वाली सुगंध है। सो बहुत ये भी देखो सोहना बीज है ते पाकिस्तानी बीज है बापू जी ये भी उही तुसी नाम रख्या होया बाबा 204 बाबा 204 बापू जी उहनां दे पिंड दा नाम सीगा इह पाकिस्तान दे विच ओही बापू जी उन्होंने हुण बीज दा नाम रख्या हुण ये हैगी है जी मूंगी ए आ देखो ये मूंगी देखो आ भी किड्डा सोहना बीज है देखो किड्डा मोटा मोटा दाणा है मूंगी दा ते ये भी पाकिस्तानी बीज है हालांकि जी एक साल दी है पर ये देखो ये पाकिस्तानी मूंगी किड्डा सोहना बीज है ये ते कई बिलियन डॉलर की मूंगी जेड़ी है अपना भारत बाहरले देशों तो मंगांदा है। सो इस बार पंजाब सरकार उपराला तो कर रही है भी GST दूगी मैं कहना भी जिमें बापू जी उरी ऑरगैनिक करते हैं सरकार नू कुछ ना कुछ इन्हों प्रोत्साहन देना चाहिए इन्हों का साथ देना चाहिए जेडे 2008 तो लै करके हूँ तक जेड़ी है ऑरगैनिक खेती कर रहे हैं। सो दोस्तों अज असी तुहानू जेड़ा है वो देसी खेती करन दा तरीका जेड़ा बापू जी होरां ने बड़ा चंगी तरह समझाया है देसी खाद किवें बनाउणी है वह समझाया है देसी तरीके नाल तुसी जेड़ी पेस्टिसाइड है वह किवें तैयार करने वह भी समझाया है ते बापू जी होरां ने आप सानू नाल लै के दिखाया भी कित्थे कित्थे वो खेती करते हैं की बीजते हैं किवें पानी देने का तरीका है वह सारा समझाया है। सो दे वास्ते बापू जी का बहुत बहुत धन्यवाद। तुसी देख रहे हो द पंजाब वर्ल्ड ते बड़ी जल्दी असी नवी थां ते नवी वीडियो लैके हाजिर होवांगे सानू कमेंट दे रूप दे विच जरूर दस्सियो तुहानू अज दा इह साडा ब्लॉग किवें दा लग्गिया। ये पिंड पीपल मघौली दे विच है जी बापू जी बापू महेंद्र सिंह जी दा जिहड़ा फार्म हाउस है पीपल मघौली पिंड जिहड़ा है वह शंभू तो घनौर रोड दे उत्ते पैंदा है असी डिस्क्रिप्शन दे विच लिंक पा देवांगे साडी इक पहलां वीडियो बनी हुई है घनौर तो शंभू तक की वह तुसी सारयां जरूर देख लैणा है। सो तुहाडा वीडियो देखण लई बहुत बहुत धन्नवाद जिन्हां ने साडे चैनल हुण तक सबसक्राइब नहीं करिया सबसक्राइब जरूर कर लिओ सत श्री अकाल दोस्तों।